ਤੁਸੀਂ ਤੇ ਰਲਗੇ ਏਜੰਸੀਆਂ ਨਾਲ ਰਲਗੇ ਜਮੇਰ ਸਿੰਘ ਏਜੰਸੀਆਂ ਦਾ ਬੰਦਾ ਅਜਮੇਰ ਸਿੰਘ ਪੁਲਿਸ ਦਾ ਬੰਦਾ ਅਜਮੇਰ ਸਿੰਘ ਸਟੇਟ ਦਾ ਬੰਦਾ ਹੈ ਉਹਨਾਂ ਨੇ ਖਾਲਸਤਾਨ ਲਾਪਰੇਸ਼ਨ ਫੋਰਸ ਬਣਾ ਲਈ ਅਸੀਂ ਪੰਜਾਬ ਲਾਪਰੇਸ਼ਨ ਫੋਰਸ ਬਣਾ ਲਈ ਅਰੇ ਕਮਾਂਡੋ ਸਟ੍ਰੈਂਥ ਐਸੀ ਵੀ ਇੰਡੀਆ ਦੇ ਸਿੰਗਲ ਨੇਸ਼ਨ ਪਤਾ ਹੀ ਨਹੀਂ ਸੀ ਦੇਖਦਾ ਹੰਤ ਆਤਰ ਸਿੰਘ ਨੇ ਕਿਸੇ ਦੀ ਕਰਦਾਰ ਪੁੱਛੀ ਕੀਤੀ ਇਵਨ ਸੰਤ ਪਿੰਡਾਂ ਵਾਲੇ ਉਸਨ ਅਕਸਰ ਬੜੀ ਲਹਿਰ ਚ ਸਿੱਖ ਰਹਤੇ ਸੀ ਹਥਿਆਰਬੰਦ ਲਹਿਰ ਸੀ ਤੁਸੀਂ ਖਾੜਕੂ ਲਹਿਰ 'ਚ ਵੀ ਸਿਖਰਤੇ ਸੀ ਹਥਿਆਰਬੰਦ ਲਹਿਰ ਸੀ ਨਹੀਂ ਉਹ ਕਹਿੰਦੇ ਤੁਸੀਂ ਬਚ ਬਚ ਕਿਵੇਂ ਸਿਖਰਤੇ ਮਤਲਬ ਸਟ੍ਰੈਟੇਜਿਸਟਾਂ ਸੀ ਇਧਰ ਤੁਸੀਂ ਤੁਸੀਂ ਕਿਵੇਂ ਬਚ ਗਏ ਬਾਕੀ ਤਾਂ ਬਚੇ ਨਹੀਂ ਕਾਮਰੇਡ ਕਹਿੰਦੇ ਵੀ ਇਹ ਕਿਵੇਂ ਬਚ ਗਿਆ ਜਮੇਰ ਸਿੰਘ ਕਿਉਂ ਬਚਿਆ ਉਹ ਤਾਂ ਇੱਕ ਬੰਦਾ ਉਹਨਾਂ ਜੋ ਕਹਿੰਦਾ ਦੇਖੋ ਭਾਈ ਦਲਵੀਰ ਸਿੰਘ ਦਾ ਮੈਂ ਇੱਕ ਹਿਸਾਬ ਲਾਇਆ ਹੋਇਆ ਉਹਦੀਆਂ ਸੁਣੀ ਚੱਲੋ ਤੇ ਕਰੋ ਆਪਿਓ ਕੈਲਕੂਲੇਟ ਟਾਸਪੇਟ ਸੀ ਉਹ ਕਹੇ ਵੀ ਜਮੇਰ ਸਿੰਘ ਨੇ ਕੋਈ ਸ਼ਿਕਾਇਤ ਆ ਉਹਨਾਂ ਨੂੰ ਉਥੇ ਤਾਂ ਪੌਸਿਬਲ ਹੀ ਨਹੀਂ ਜਿਵੇਂ ਇੱਕ ਲੋਚਨਾ ਤੋਂ ਡੀ ਵੀ ਹੁੰਦੀ ਹੈ ਕਿ ਜੀ ਤੁਹਾਡਾ ਪਾਸਪੋਰਟ ਹਰਪੰਜਨ ਜੋਗੀ ਹੋਰੀ ਉਹਦੋਂ ਜਾਂਦੇ ਸੀ ਉਹਨਾਂ ਨੇ ਤੁਹਾਡਾ ਪਾਸਪੋਰਟ ਬਣਾਇਆ ਬਾਹਰ ਤੁਸੀਂ ਤਾਂ ਗਏ ਤਕੀ ਕਿਸਾਨ ਅੰਦੋਲਨ ਸੀਗਾ ਤੁਸੀਂ ਗਏ ਲੋਕਾਂ ਨੇ ਕਿਹਾ ਤੁਸੀਂ ਐਪਿਕ ਸੈਂਟਰ ਬਣਨਾ ਚਾਹੁੰਦੇ ਸੀ ਤੁਸੀਂ ਇਹ ਜੋ ਖਾਲਸਤਾਨ ਕੱਢਣਾ ਚਾਹੁੰਦੇ ਸੀ ਕਰਤਾਰ 쿠ਸ਼ੀ ਤੁਹਾਡੀ ਹੋਈ ਬਹੁਤ ਵੱਡੇ ਪੱਦਰ ਦੇ ਉੱਤੇ ਪਰ ਇਹ ਕਲਾ ਕਲਾ ਵਰਤਨ ਵਾਲਾ ਤੁਹਾਡੇ ਬਾਰੇ ਕਿਹਾ ਗਿਆ ਕਿ ਗੁਰੂ ਦੀ ਕਲਾ ਆ ਸਾਰਾ ਦੁਸਰ ਔਰ ਕਿਹਾ ਗਿਆ ਕਿ ਦੀਪ ਸਿੱਧੂ ਦਾ ਸਾਰਾ ਤੁ ਤੁਹਾਡਾ ਫੀਡ ਕਰਦੇ ਸੀ ਤੁਸੀਂ ਤੁਸੀਂ ਉਹ ਤਾਂ ਇੱਕ ਵਰਦਨ ਧਾਰਨਾ ਬਣਾ ਲਈ ਪਰ ਉਹੀ ਗੱਲ ਹੈ ਨਾ ਕਾਮੜ ਵਰਸ ਜਿਹੜਾ ਸਿੱਖ ਬਣਿਆ ਨਹੀਂ ਉਹ ਫਿਰ ਤਾਂ ਸਿੱਖਾਂ ਦੀ ਧਿਰ ਚ ਤੁਸੀਂ ਸਭ ਤੋਂ ਵੱਡੇ ਸੀਗਾ ਆਈਡਿਓਲੋਗ ਉਧਰਲੇ ਪਾਸੇ ਉਹ ਸੀ ਉਹਨਾਂ ਨੇ ਕਿਹਾ ਕੀ ਇਹ ਤਾਂ ਜੀ ਅਜਮੇਰ ਸਿੰਘ ਨੇ ਆ ਕੇ ਸਾਡਾ ਬੇੜਾ ਕਰ ਦਿੱਤਾ ਤਿੰਨਾ ਥਾਵਾਂ ਤੇ ਤੁਹਾਡੇ ਤੋਂ ਕੋਈ ਤੁਸੀਂ ਖੜੇ ਹੋ ਕੇ ਆਉਂਦੇ ਆਪ ਨੂੰ ਕਿਹਾ ਹੋਵੇ ਯਾਰ ਆ ਗਲਤੀ ਹੋਊਗੀ ਬਹੁਤ ਵੱਡੀਆਂ ਗਲਤੀਆਂ ਹੋਣਗੀਆਂ ਚਾਹੇ ਉਹ ਅਕਸਰਵਾੜੀ ਮੂਵਮੈਂਟ ਸੀ ਚਾਹੇ ਉਹ ਖਾਲਸਾਣ ਹੋਵੇ ਚਾਹੇ ਕਿਸਾਨ ਅੰਦੋਲਨ ਸੀ ਝੂਠ ਮੈਥੋਂ ਨਹੀਂ ਬੋਲਿਆ ਜਾਣਾ ਸੱਚ ਜਰਿਆ ਦੋਹੇ ਲਹਿਰਾਂ ਵਾ ਗੁਰਜੰਟ ਸੁਬਦ ਸਿੰਘ ਵਾਲਾ ਜਿੰਦਾ ਸੁੱਖਾ ਮਥਰਾ ਭਾਈ ਦਲਜੀਤ ਸਿੰਘ ਉਹ ਜੇ ਤੂੰ ਕਹਿੰਦਾ ਸੀ no investigation no right to speak ਭਾਈ नेचर ਮੈਂ ਸੈਂਸਿਟਿਵ ਆ ਤੇ ਸੈਲਫ ਰਿਸਪੈਕਟ ਵਾਲਾ ਵੀ ਆ ਹੈਨਾ ਮੈਂ ਟਿੱਟ ਟੂ ਬੀ ਵੈਰੀ ਫਰੈਂਕ ਮੈਂ ਡਿਸਟਰਬ ਹੋ ਤੁਹਾਨੂੰ ਨਹੀਂ ਪਤਾ ਹੋਏ ਇਹ ਬੰਦੇ ਬੋਲ ਰਹੇ ਨੇ ਕੀ ਤੇ ਮੋਰਲਾਈਜੇਸ਼ਨ ਆਉਂਦੀ ਆ ਬੰਦਿਆਂ ਚ ਮੈਂ ਬੰਦਈ ਆਹ ਹੂੰ ਡਿਮੋਰਲਾਈਜੇਸ਼ਨ ਆ ਮੈਂ ਲਿਖਣ ਦਾ ਕੰਮ ਛੱਡਤਾ ਬੋਲਣ ਲੱਗੇ ਵੀ ਡਰ ਕੇ ਬੋਲੋ ਇਹ ਮੇਰੇ ਤੇ ਕਦੇ ਹੋਣੀ ਸੀ ਹੁੰਦਾ ਵੀ ਸੰਭਲ ਕੇ ਬੋਲੋ ਡਰ ਕੇ ਬੋਲੋ ਬੰਦੇ ਬਰਦਾਸ਼ਤ ਕਰਦੇ ਸੀ ਬੜਾ ਕਿ ਤੁਸੀਂ ਧਰਨੀ ਸੀ ਕੋਈ ਕਿਸਾਨ ਅੰਦੋਲਨ ਚ ਪਰ ਇੱਕ ਬਹੁਤ ਵੱਡਾ ਮਾਹੌਲ ਸੀ ਉੱਥੇ ਤੁਹਾਨੂੰ ਮੰਨੇਗਾ ਤੁਸੀਂ ਫੀਡ ਕਰ ਰਹੇ ਸੀ ਤਾਂ ਮੇਰਾ ਮੇਰਾ ਇੱਕ ਸਵਾਲ ਪੂਰਾ ਹੋ ਗਿਆ ਹੂੰ ਤੁਹਾਨੂੰ ਕੋਈ ਉਸ ਪੂਰੀ ਮੂਵਮੈਂਟ ਜੋ ਕੁਝ ਕਿਸਾਨ ਅੰਦੋਲਨ ਚ ਹੋਇਆ ਜੋ ਡਿਫਰੈਂਸ ਹੋਏ ਜੋ ਲੈਫਟ ਵਰਸਸ ਸਿੱਖ ਹੋ ਗਿਆ ਕਾਮਰਡ ਵਰਸਸ ਸਿੱਖ ਜਾਂ ਬਹੁਤ ਸਾਰਾ ਕੁਝ ਹੋਇਆ ਉਤੇ ਕੋਈ ਤੁਹਾਨੂੰ ਦੁੱਖ ਹੈ ਜਾਂ ਤੁਹਾਨੂੰ ਲੱਗਦਾ ਇਹ ਤਾਂ ਹੁਣੇ ਹੀ ਸੀਗਾ ਇਹ ਤਾਂ ਹੁੰਦੀ ਹੁੰਦਾ ਇਹ ਤਾਂ ਬਹੁਤ ਵੱਡੇ ਪੱਧਰ ਤੇ ਕਿਹਾ ਗਿਆ ਕਿ ਦੀਪ ਨੂੰ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਦਿੰਨੇ ਹੋ ਜਾਂ ਉਹਨਾਂ ਦਾ ਥਾਟ ਦੇ ਲੈਵਲ ਤੇ ਤੁਸੀਂ ਉਹਦੇ ਨਾਲ ਚਰਚਾ ਚ ਰਹਿਨੇ ਹੋ ਨਹੀਂ ਮੇਰੀ ਗੱਲ ਤਾਂ ਸੁਣ ਲਓ ਕੀ ਤੁਹਾਨੂੰ ਲੱਗਦਾ ਹੈ ਕਿ ਕੋਈ ਕੋਈ ਮਲਾਇਕਾ ਤੁਸੀਂ ਆਉਦੇ ਲੈਵਲ ਦੇ ਉੱਤੇ ਕਹਿ ਰਹੇ ਹੋਗੇ ਦੀਪ ਦੀ ਪੂਰੀ ਪੋਲਿਟਿਕਸ ਨੂੰ ਕਿਵੇਂ ਦੇਖਦੇ ਹੋ ਧਰ ਨਹੀਂ ਤੁਸੀਂ ਨਹੀਂ ਦੀਪ ਇਹ ਨੋ ਇਸ਼ੂ ਬੋਤ ਸਭ ਤੋਂ ਵੱਡੀ ਲੋਚਨਾ ਇਹੀ ਕਰਦੇ ਕਿ 26 ਵਾਲੀ ਘਟਨਾ ਜਿਸ ਤਰੀਕੇ ਨਾਲ ਵਾਪਰੀ ਉਹਨੇ ਸਾਡਾ ਬਹੁਤ ਵੱਡਾ ਨੁਕਸਾਨ ਕਰਦਾ ਰਾਜ ਸਾਲ ਕੀਤਾ ਕੀਤਾ ਪਰ ਹੂ ਇਜ਼ ਰਿਸਪੋਨਸੀਬਲ ਫਾਰ ਇਹ ਬੋਤ ਕਹਿੰਦਾ ਉਹ ਸੂਚੀ ਸਮਝੀ ਸਾਜ਼ਿਸ਼ ਸੀ ਜਿਹੜੀ ਜਿਹੜਾ 25 ਤਰੀਕ ਨੂੰ ਜੋ ਕਰਵਾਇਆ ਗਿਆ ਉਹ ਪੂਰਾ ਦੇਖੋ ਇਹ ਕਮਜ਼ੋਰ ਸਾਡੇ ਖਿਲਾਫ ਸੋਚੀ ਸਭੀ ਸਾਜ਼ਿ ਰਚੀ ਗਈ ਇਹ ਕਮਜ਼ੋਰ ਬੰਦੇ ਦਾ ਸਭ ਤੋਂ ਸੌਖਾ ਵਾਰ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਕਿਹਾ ਜਾਂਦਾ ਹੈ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਪੰਜਾਬ ਦੀ ਪਿਛਲੀ ਅੱਧੀ ਸਦੀ ਚ ਦੋ ਵੱਡੀਆਂ ਲਹਿਰਾਂ ਚੱਲੀਆਂ ਇੱਕ ਚੱਲੀ ਨਕਸਲਵਾੜੀ ਲਹਿਰ ਤੇ ਦੂਜੀ ਖੜਕੂ ਲਹਿਰ ਆਉਂਦਿਆਂ ਆਉਂਦਿਆਂ ਕਿਸਾਨ ਮੋਰਚਾ ਵੀ ਅਸੀਂ ਦੇਖ ਲਿਆ ਇਹਨਾਂ ਤਿੰਨਾਂ ਥਾਵਾਂ ਤੇ ਇੱਕ ਸ਼ਖਸ ਦੀ ਮੌਜੂਦਗੀ ਰਹੀ ਹੈ ਬਹੁਤ ਸਾਰੇ ਸਵਾਲ ਉਦੋਂ ਵੀ ਨੇ ਜਦੋਂ ਨਕਸਲਵਾੜੀ ਮੂਵਮੈਂਟ ਛੱਡੀ ਉਹਨਾਂ ਨੇ ਉਦੋਂ ਵੀ ਖੜੇ ਹੋਏ ਜਦੋਂ ਉਹ ਖੜਕੂ ਲਹਿਰ ਨਾਲ ਆਏ ਕਿਸਾਨ ਮੋਰਚੇ 'ਚ ਗਏ ਤਾਂ ਉਦੋਂ ਵੀ ਉਹਨਾਂ ਲਈ ਸਵਾਲਾਂ ਦੀ ਝੜੀ ਲੱਗ ਗਈ ਆਡਲੌਗ ਪ੍ਰੋਗਰਾਮ 'ਚ ਅਸੀਂ ਗੱਲਬਾਤ ਕਰਾਂਗੇ ਅਜਮੇਰ ਸਿੰਘ ਹੋਰਾਂ ਦੇ ਨਾਲ ਕਿ ਉਹਨਾਂ ਦੇ ਲਈ ਪੰਜਾਬ ਕੀ ਐ ਸਿੱਖ ਕੀ ਨੇ ਇੰਨਾ ਚਿਰ ਉਹ ਲਗਾਤਾਰ ਲਹਿਰਾਂ ਚ ਰਏ ਪੰਜਾਬ ਦਾ ਕੁਝ ਬਣਿਆ ਕਿਉਂ ਨਹੀਂ ਜੋ ਉਹਨਾਂ ਤੇ ਸਵਾਲ ਉੱਠਦੇ ਨੇ ਉਹ ਕਿਉਂ ਉੱਠਦੇ ਨੇ ਜਾਂ ਉਹਨਾਂ ਨੂੰ ਜਿੰਨਾ ਸ਼ੱਕੀ ਬਣਾ ਦਿੱਤਾ ਜਾਂਦਾ ਹੈ ਕਿ ਸੱਚਮੁੱਚ ਉਹ ਉਹਨੇ ਸ਼ੱਕੀ ਨੇ ਗੱਲਬਾਤ ਅਜਮੇਰ ਜੀ ਨਾਲ ਸ਼ੁਰੂ ਕਰਦੇ ਆਂ ਸਵਾਗਤ ਹੈ ਅਜਮੇਰ ਜੀ ਬਹੁਤ-ਬਹੁਤ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਅਜਮੇਰ ਸਿੰਘ ਪਹਿਲਾਂ ਨਕਸਲ ਬੜੀ ਮੂਵਮੈਂਟ ਨਾਲ ਰਏ ਬਾਅਦ ਚੁਖੜਕੂ ਮੂਵਮੈਂਟ ਨਾਲ ਆ ਗਏ ਇਹ ਕੀ ਹੁੰਦਾਗਾ ਮਤਲਬ ਜਦੋਂ ਤੁਸੀਂ ਤੁਹਾਡਾ ਕਲੇਮ ਉਹ ਨਹੀਂ ਵੱਡਾ ਸੀ ਕਹਿੰਦੇ ਆ ਜਦੋਂ ਤੁਸੀਂ ਨਕਸਲੀਆਂ ਦੇ ਨਾਲ ਹੁੰਦੇ ਸੀ ਹਰਭਜਨ ਸੋਹੀ ਵਰਗਿਆਂ ਨਾਲ ਰਹੇ ਹੋ ਤੁਸੀਂ ਜੇ ਤੁਸੀਂ ਇੱਧਰ ਆਏ ਉਦੋਂ ਵੀ ਤੁਹਾਡਾ ਵੱਡਾ ਉੱਡੇ ਹੀ ਕਲੇਮ ਉਦੋਂ ਤੁਸੀਂ ਪੰਜਾਬੀ ਕੌਮੀਅਤ ਦੀ ਗੱਲ ਕਰਦੇ ਸੀ ਬਾਅਦ ਵਿੱਚ ਤੁਸੀਂ ਖਾਲਸਾਣ ਦੀ ਗੱਲ ਕਰਨ ਲੱਗੇ ਦੇਖੋ ਪੰਜਾਬੀ ਕੌਮੀਅਤ ਦੀ ਸੀ ਜੇ ਤੁਹਾਰਭਜਨ ਸੋਹੀ ਨਾ ਹੁੰਦੇ ਸੀ ਉਦੋਂ ਨਹੀਂ ਬਾਅਦ ਵਿੱਚ ਹਾਂ ਉਹਨਾਂ ਸਾਰੇ ਕਮਿਊਨਿਸਟਾਂ ਤੇ ਸੀ ਵੀ ਇੰਡੀਆ ਜੇ ਸਿੰਗਲ ਨੇਸ਼ਨ ਪਤਾ ਹੀ ਨਹੀਂ ਸੀ ਦੇਖਦਾ ਬਾਅਦ ਵਿੱਚ ਸੀ ਅੱਡ ਹੋਏ ਜਦੋਂ ਇਹ ਧਰਮ ਦੇ ਉਦੋਂ ਮੋਰਚਾ ਚੱਲਿਆ ਇਹ ਮੂਵਮੈਂਟ ਕੀ ਹੈ ਮੈਨੂੰ ਮੇਰਾ ਇਹ ਯਤਨ ਹੁੰਦਾ ਸੀਗਾ ਕਿ ਜੋ ਵਰਤਾਰਾ ਆ ਰਿਹਾ ਉਹਨੂੰ ਉਹਨੂੰ ਸਮਝਣ ਤਾਂ ਤਾਂ ਯਤਨ ਹੋਵੇ ਨਾ ਚੈਲੈਂਜਿੰਗ ਟਾਸਕ ਹੈ ਇਹ ਐਕਸਪਲੇਨ ਨਹੀਂ ਹੁੰਦਾ ਸਾਡੇ ਮੁਤਾਬਕ ਦਿਨਾਂ ਚ ਐਡੀ ਵੱਡੀ ਮੂਵਮੈਂਟ ਬਣ ਜਾਣੀ ਸੰਤ ਦਾ ਅਸੀਂ ਸੰਤ ਪਰਪਿੰਡਰਾ ਵਾਲੇ ਨੂੰ ਇੰਨਾ ਡਿਸਮਿਸ ਕਰਦੇ ਸੀ ਜਿੱਦੇ ਬੱਬਰਾਂ ਨੇ ਕਲੇਮ ਕੀਤੇ ਆਪਦੇ 32 ਐਕਸ਼ਨ ਕਿੰਨੇ ਹਨਾ ਉਧੇ ਲੱਗਿਆ ਸੀ ਵੀ ਹੁਣ ਸੰਤ ਤਾਂ ਖਾਤਮੇ ਸਾਰੀ ਇਹ ਤੇ ਇਹ ਤਾਂ ਜ਼ਮੀਨ ਹੀ ਖਿੱਚ ਲਈ ਏਠੋਂ ਐਕਸ਼ਨ ਤਾਂ ਉਹਨਾਂ ਨੇ ਕੀਤੇ ਆ ਕ੍ਰੈਡਿਟ ਸਾਰਾ ਉਹਨਾਂ ਨੂੰ ਜਾਂਦਾ ਇਹਦੇ ਪੱਲੇ ਕੀ ਰਹਿ ਗਿਆ ਹੁਣ ਸੰਤ ਦੇ ਪੱਲੇ ਆ ਨਾਜ਼ਰੀਆ ਸੀ ਸਾਡਾ ਲਈ ਸਮਝ ਸਕਦਾ ਮੋਟਰੈਂਟੀ ਵਾਲਾ ਬੰਦਾ ਵੀ ਇਹ ਇਹ ਪਾਣਾ ਕੀ ਵਾਪਰ ਰਿਹਾ ਹੈ ਇਹ ਵਰਤਾਰਾ ਕੀ ਹੈ ਸੋ ਇਸ ਕਰਕੇ ਨਾ ਜਿਹੜਾ ਹੈਗਾ ਇਹ ਚੇਂਜ ਕਿਵੇਂ ਆਈ ਟੂ ਸਟਾਰਟ ਵਿਦ ਧਮ ਐ ਇੰਟੈਲੈਕਚੁਅਲ ਲੈਵਲ ਤੇ ਗ੍ਰੈਪਲ ਕੀਤਾ ਵੀਨ ਸਮਝਣ ਦਾ ਚਤਨ ਕਰੀਏ ਤੇ ਲੰਮਾ ਚਿਰ ਉਸੇ ਫਰੇਮਵਰਕ ਚ ਹੀ ਕੀਤਾ ਮਾਰਕਸਿਸਟ ਚ ਇਹਨੂੰ ਪੰਜਾਬੀ ਕੌਮੀਅਤ ਕਹੇ ਕਿ ਆਪਾਂ ਐ ਕਰੀਏ ਵੀ ਆਪਾਂ ਇੱਥੇ ਉਹ ਵਾਰੀਏ ਇੱਕ ਸਾਂਝਾ ਜਜ਼ਬਾ ਇਹ ਇਕੱਲੇ ਸਿੱਖਾਂ ਦਾ ਬਣਾ ਰਹੇ ਕਾਜ ਨਾ ਸਾਡੀ ਹੋ ਗਈ ਕਰੇ ਵੀ ਆਪਾਂ ਇੰਟਰਵੈਂਸ਼ਨ ਹੋਣਾ ਐ ਕਰੀ ਆਪਾਂ ਪੰਜਾਬੀ ਆਲਾ ਲੈ ਕੇ ਆਈਏ ਉਹਨਾਂ ਨੇ ਖਾਲਸਤਾਨ ਲਿਬਰੇਸ਼ਨ ਫੋਰਸ ਬਣਾ ਲਈ ਅਸੀਂ ਪੰਜਾਬ ਲਿਬਰੇਸ਼ਨ ਫੋਰਸ ਬਣਾ ਲਈ ਤੇ ਸਾਡਾ ਜੱਤ ਨੇ ਇਹ ਸੀ ਵੀ ਕੁਛ ਹਿੰਦੂ ਇਕੱਠੇ ਕਰਕੇ ਅਖਾਲ ਤਖਤ ਤੇ ਜਾਣ ਤੇ ਐ ਡਟਮੀ سپورਟ ਕਰਨ ਸੱਖਾਂ ਨੇ ਮੰਗਾ ਦੀ ਇਹ ਅਸੀਂ ਵੀ ਕੀਤੀ ਇਹ ਹਰਚਰਨ ਬੈਂਸ ਨੇ ਵੀ ਕੀਤੀ ਹਰਚਰਨ ਬੈਂਸ ਨੇ 1985 ਚ ਤੁਹਾਨੂੰ ਨਹੀਂ ਪਤਾ ਹੋਣਾ ਦੇਸ਼ ਪੰਜਾਬ ਨਿਆਏ ਫਰੰਟ ਬਣਾਇਆ ਤਿੰਨ ਚਾਰ ਹਿੰਦੂ ਵਕੀਲ ਲੁਧਿਆਣੇ ਦੇ ਉਹ ਇਕੱਠੇ ਕਰ ਲਏ ਬਹੁਤ ਐਕਟੀਵਿਟੀ ਧੂਆਂ ਤਾਰ ਬਿਆਨਬਾਜ਼ੀ ਕੀਤੀ ਉਹਨਾਂ ਦਾ ਇਹ ਸੀ ਵੀ ਫਿਰ ਦਿੱਲੀ ਜਾ ਕੇ ਧਰਨਾ ਦੇਈਏ ਹਿੰਦੂਆਂ ਨੂੰ ਇਕੱਠੇ ਕਰਕੇ ਯਾਦਵੰਦਰ ਨਾ ਅਸੀਂ 5 ਬੰਦੇ ਇਕੱਠੇ ਕਰ ਸਕੇ ਨਾ ਉਹ ਕਰ ਸਕੀ ਹਿੰਦੂਆਂ ਚੋਂ ਉਹਨਾਂ ਇਹ ਕੋਈ ਲੈਸਨ ਸਿੱਖਦਾ ਕਿ ਨਹੀਂ ਇੱਕ ਸਬਜੈਕਟਿਵ ਧਾਰਨਾ ਸੀ ਵੀ ਨਹੀਂ ਯਾਰ ਪੰਜਾਬੀ ਦੇ ਤੌਰ ਤੇ ਸੋ ਮੈਂ ਹੁਣ ਫਿਰ ਇਹ ਮੰਨਦਾ ਹੌਲੀ ਹੌਲੀ ਵਿਚਾਰੀ ਤੇ ਸਾਡੀਆਂ ਬਣੇ ਹੋਏ ਸਿਧਾਂਤਾਂ ਚੋਂ ਅਸੀਂ ਰਿਐਲਿਟੀ ਨੂੰ ਦੇਖ ਰਹੇ ਸੀ ਨੰਗੀ ਅੱਖ ਨਾਲ ਤਾਂ ਦੇਖ ਹੀ ਨਹੀਂ ਸਰੇ ਸੀ ਇੱਥੇ ਹਿਸਟੋਰੀਕਲ ਡਿਵੈਲਪਮੈਂਟ ਹੋਰ ਤਰ੍ਹਾਂ ਹੋ ਗਈ ਹੈ ਇੱਥੇ ਨੇਸ਼ਨ ਉਸ ਤਰ੍ਹਾਂ ਨਹੀਂ ਡਿਵੈਲਪ ਹੋਈ ਪਰ ਜਦੋਂ ਤੁਸੀਂ ਛੱਡਿਆ ਉਦੋਂ ਵੀ ਤੁਹਾਡੀ ਉਹਨਾਂ ਨੇ ਬਹੁਤ ਵੱਡੀ ਕਰਦਾਰ ਕੁਸ਼ੀ ਹੁੰਦੀ ਹੈ ਕੋਈ ਵੀ ਅੰਡਰਗਰਾਉਂਡ ਮੂਵਮੈਂਟਾਂ ਤੁਹਾਨੂੰ ਕਿਹਾ ਗਿਆ ਤੁਸੀਂ ਤੇ ਰਲਗੇ ਏਜੰਸੀਆਂ ਨਾਲ ਰਲਗੇ ਅਜਮੇਰ ਸਿੰਘ ਏਜੰਸੀਆਂ ਦਾ ਬੰਦਾ ਅਜਮੇਰ ਸਿੰਘ ਪੁਲਿਸ ਦਾ ਬੰਦਾ ਅਜਮੇਰ ਸਿੰਘ ਸਟੇਟ ਦਾ ਬੰਦਾ ਹੈ ਇਹ ਲੋੜ ਹੁੰਦੀ ਹੈ ਲਹਿਰ ਦੀ ਜਿਹੜੀ ਵੀ ਲਹਿਰ ਅਡਿਆਲੋਜੀ ਤੋਂ ਪ੍ਰੇਰਿਤ ਹੋਊਗਾ ਉਹ ਤਾਂ ਜਦੋਂ ਕੋਈ ਬੰਦਾ ਲੱਗੂ ਵੀ ਸਾਡੇ ਨਾਲ ਪਾਸੇ ਹੋ ਗਿਆ ਹੈ ਤੇ ਉਹ ਫਿਰ ਉਹਨੂੰ ਖਤਰਾ ਬੜਾ ਵੱਡਾ ਲੱਗਦਾ ਕਿ ਸਾਡਾ ਪਤਾ ਨਹੀਂ ਕੀ ਖੁਸ਼ਟਾ ਦੂ ਤੇ ਉਹਦਾ ਫਿਰ ਇਹੀ ਹੈ ਮਤਲਬ ਜਿਹੜਾ ਤਾਂ ਸਾਊਂਡ ਮਾਈਂਡ ਹੁੰਦਾ ਹੈ ਉਹ ਬੰਦੇ ਦੇ ਥਾਟ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਸਿੱਕ ਮਾਈਂਡ ਹੈ ਉਹ ਸਿੱਧਾ ਜਾਂਦਾ ਬੰਦੇ ਤੇ ਬੰਦਾ ਬੇਈਮਾਨ ਬੰਦਾ ਹੀ ਗਾਲ ਔਰ ਕਿਤੇ ਇਥੋਂ ਤਾਂ ਕੋਪਹਿਲੇ ਦਿਨੋਂ ਇਹ ਤਾਂ ਆਏ ਸੀ ਇਹ ਲੋੜ ਹਰ ਲਹਿਰ ਦੀ ਇਧਰ ਖਾਲਸਤਾਨੀ ਲਹਿਰ ਵੀ ਉਧਰ ਵੀ ਜੇੜੀ ਲਹਿਰ ਕਦੇ ਧਰਮ ਵਾਲਿਆਂ 'ਚ ਇਹ ਸਿਲਸਿਲਾ ਚੱਲਿਆ ਕਰਤਾਰ ਕੁਸ਼ੀਆਂ ਦਾ ਸਾਰੀ ਪਰੰਪਰਾ ਪਈ ਸੰਤ ਆਤਰ ਸਿੰਘ ਨੇ ਕਿਸੇ ਦੀ ਕਰਤਾਰ ਕੁਸ਼ੀ ਕੀਤੀ ਹੋਵੇ ਈਵਨ ਸੰਤ ਪਿੰਡਾਂ ਵਾਲੇ ਨੇ ਵੀ ਸਾਡੇ ਬਖਰੇਵੇਂ ਆ ਹੈ ਬੱਸ ਲੁਖਰੇਵੇਂ ਲੁਕੋ ਕੇ ਨਹੀਂ ਰੱਖੇ ਪਰ ਬਖਰੇਵੇਂ ਦੇ ਆਧਾਰ ਤੇ ਦੁਸ਼ਮਣ ਹੀ ਨਹੀਂ ਪਾੜੀ ਬੰਦੇ ਬਹੁਤ ਕਹਿੰਦੇ ਸੀ ਅਕਾਲੀਆਂ ਨੂੰ ਮਾਰਦੇ ਹੋ ਹੁਣ ਹੋਰ ਕੀ ਭਾਲਦੇ ਹੋ ਆਖਰੀ ਦਮ ਤੱਕ ਉਹ ਦੋ ਤਿੰਨ ਤਰੀਕ ਤੱਕ ਵੀ ਬੰਦਿਆਂ ਨੇ ਜੋਰ ਪਾਇਆ ਉਹਨਾਂ ਤੇ ਇੰਨਾ ਸੌਖਾ ਕੰਮ ਸੀ ਸਰਾਵਾਂ ਚ ਜਾ ਕੇ ਉਹਨਾਂ ਦੇ ਤੇਜਾਸੂ ਸਮੁੰਦਰੀ ਹਾਲ ਚ ਜਾ ਕੇ ਜਸਤ ਇੱਕ ਬਰਸਤੀ ਮਾਰਨਾ ਸੀ ਉਹਨਾਂ ਨੇ ਮਤਲਬ ਵੀ ਇਹ ਸੰਤ ਦਾ ਕਰਦਾਰ ਹੀ ਹੋ ਸਕਦਾ ਹੈ ਜੇ ਕੋਈ ਪੋਲੀਟੀਕਲ ਲੀਡਰ ਹੁੰਦਾ ਨਾ ਉੱਥੇ ਉਹ ਰਿਫਿਊ ਤੇ دیਵੀ ਤਾਕਤ ਆ ਗਈ ਸੀ ਬੰਦੇ 'ਚ ਤਾਂ ਇਹ ਕਮਜ਼ੋਰੀ ਆਉਣੀ ਜਦੋਂ ਤਾਕਤ ਆ ਗਈ ਉਹ ਦੀ ਦੁਰਵਰਤੋਂ ਕਰ ਪਰ ਤੁਹਾਨੂੰ ਵੀ ਕਿਹਾ ਜਾਂਦਾ ਕਿ ਬੰਦਾ ਸਿਖਰ ਤੇ ਹੋਵੇ ਤੁਸੀਂ ਅਕਸਰ ਵੱਡੀ ਲਹਿਰ 'ਚ ਵੀ ਸਿਖਰ ਤੇ ਸੀ ਹਥਿਆਰਬੰਦ ਲਹਿਰ ਸੀ ਤੁਸੀਂ ਖਾੜਕੂ ਲਹਿਰ 'ਚ ਵੀ ਸਿਖਰ ਤੇ ਸੀ ਹਥਿਆਰਬੰਦ ਲਹਿਰ ਸੀ ਨਹੀਂ ਸਾਰੇ ਤੁਸੀਂ ਬਚ ਬਚ ਕੇ ਮੈਂ ਸੇਖਰ ਤੇ ਮਤਲਬ ਸਟ੍ਰੈਟਜਿਸਟਾਂ ਸੀ ਇਧਰ ਤੁਸੀਂ ਤੁਸੀਂ ਕਿਵੇਂ ਬਚ ਗਏ ਬਾਕੀ ਦਾ ਬਚੀ ਨਹੀਂ ਕਾਮਰੇਡ ਕਹਿੰਦੇ ਵੀ ਇਹ ਕਿਵੇਂ ਬਚ ਗਿਆ ਜਮੇਰ ਸਿੰਘ ਕਿਉਂ ਬਚਿਆਗਾ ਨਹੀਂ ਪਹਿਲੀ ਗੱਲ ਤਾਂ ਮੈਂ ਦੋਹਾਂ ਹੀ ਲਹਿਰਾਂ ਚ ਮੈਂ ਸੇਖਰ ਆਲਾ ਨਹੀਂ ਸੀ ਸੇਖਰ ਦਾ ਮਤਲਬ ਉਹਨਾਂ ਦੇ ਨਾਲ ਤਾਂ ਰਹੇ ਹੋ ਤੁਸੀਂ ਨਾਲ ਰਹੇ ਉੱਪਰ ਤੱਕ ਨਾ ਰਹੇ ਹੋ ਹਾਂ ਹੂੰ ਤੇ ਮੈਂ ਕੋਈ ਉੱਪਰਲੇ ਲੀਡਰਾਂ ਚੋਂ ਵੀ ਨਹੀਂ ਸੀ ਨਕਸਲੀ ਤਾਂ ਤੇ ਇਧਰ ਇਧਰ ਖਾਰਕੂਲ ਮਾਤੇ ਕਮੇਟੀ ਨਾਲ ਤੁਹਾਡਾ ਯਾਰ ਕਿਸੇ ਕਮੇਟੀ ਨਾਲ ਕਿਸੇ ਜਰਨੈਲ ਨਾਲ ਤੁਹਾਡਾ ਬਾ ਵਾਸਤਾ ਹੋਣਾ ਇਹ ਜਿਹੜੇ ਬੰਦਿਆਂ ਨੂੰ ਖਾੜਕੂ ਲਹਿਰ ਦੀ ਜਾਣਕਾਰੀ ਨਹੀਂ ਨਾ ਉਹ ਉਹ ਗਿੱਜੇ ਹੋਏ ਨੇ ਉਸ ਤਰ੍ਹਾਂ ਦੇਖਣ ਦਾ ਵੀ ਇਹ ਹੈ ਬੰਦਾ ਸਟਰੈਟਜਿਸਟ ਇਹ ਉਹਨਾਂ ਨੂੰ ਸਾਰਾ ਕੁਝ ਗਾਈਡ ਕਰ ਰਿਹਾ ਉੱਥੇ ਇਹ ਕੰਮ ਨਹੀਂ ਸੀ ਤੇ ਕੋਈ ਕਿਸੇ ਨੂੰ ਗਾਈਡ ਨਹੀਂ ਸੀ ਕਰਦਾ ਕੱਖ ਪ੍ਰਵਾਹ ਨਹੀਂ ਸੀ ਆ ਦਲਵੀਰ ਸਿੰਘ ਪੱਤਰਕਾਰ ਨੇ ਮੂਹ ਦੀ ਨਹੀਂ ਸੀ ਖਾਦੀ ਕਿੱਥੋਂ ਤੱਕ ਮੂਵਮੈਂਟ ਖੜੀ ਕਰਤੀ ਤੇ ਉਦੋਂ ਬਾਅਦ ਜਦੋਂ ਖਾਲਸਤਾਨ ਦਾ ਇਸ਼ੂ ਆਇਆ ਉਹ ਕਹਿੰਦਾ ਵੀ ਨਹੀਂ ਸਾਰੇ ਇਹਤੇ ਇੰਡੀਪੈਂਡੈਂਸੀ ਮਾਤਾ ਨਾਲ ਰਹਿ ਕੇ ਦੇਖਿਆ ਜਦੋਂ ਫਿਰ ਇਹਨਾਂ ਨੇ ਇਹਨੂੰ ਡਿਫਾਈ ਕੀਤਾ ਮੈਂ ਉਹ ਬੰਦੇ ਮੈਂ ਕੁਦਰਤੀ ਜਾਵੜਾ ਮੀਟਿੰਗ ਕਰ ਰਹੀ ਸੀ ਟਕਸਾਲ ਦੇ ਜਿਹੜਾ ਇੱਕ ਕੋਰ ਗਰੁੱਪ ਤੇ ਉਹਦੇ ਚ ਉਹਨਾਂ ਨੇ ਜਦੋਂ ਫਿਰ ਆਰਗੂਮੈਂਟ ਹੈਗਾ ਵੀ ਭਾਈ ਦਲਵੀਰ ਸਿੰਘ ਤਾਂ ਐ ਸੋਚਦਾ ਉਹ ਨਹੀਂ ਉਹ ਤਾਂ ਇੱਕ ਬੰਦਾ ਉਹਨਾਂ ਜੋ ਕਹਿੰਦਾ ਦੇਖੋ ਭਾਈ ਦਲਵੀਰ ਸਿੰਘ ਦਾ ਮੈਂ ਇੱਕ ਹਿਸਾਬ ਲਾਇਆ ਹੋਇਆ ਉਹਦੀਆਂ ਸੁਣੀ ਚੱਲੋ ਤੇ ਕਰੋ ਆਪਦੇ ਮਤਵ ਕੈਲਕੂਲੇਟ ਟਾਸਪਰਟ ਸੀ ਉਹ ਕਹੇ ਵੀ ਅਜਮੇਰ ਤੋਂ ਇਹ ਕੋਈ ਸ਼ਿਕਾਇਤ ਆ ਉਹਨਾਂ ਨੂੰ ਉੱਥੇ ਤਾਂ ਪੌਸਿਬਲ ਹੀ ਨਹੀਂ ਸੀ ਦੇਖੋ ਜਿਹੜੀ ਜਦਵਿੰਦਰ ਗੱਲ ਉਹ ਕਹਿੰਦੇ ਨੇ ਕਿ ਮਤਲਬ ਵੀ ਤੁਹਾਡੇ ਨਾਲ ਦਾ ਕੋਈ ਨਹੀਂ ਰਿਹਾ ਕੋਣ ਕਹਿੰਦਾ ਨਹੀਂ ਉਹ बार-बार ही ਨੈਰੇਟਿਵ ਬਿਲਡ ਹੁੰਦਾ ਕਿ ਨਹੀਂ ਉਹ ਤਾਂ ਚਲੋ ਕਹੀ ਜਾਂਦੇ ਕਿ ਜੀ ਨਕਸਬੜੀ ਮੂਵਮੈਂਟ ਬੜੀ ਬਚ ਗਈ ਯਾਨੀ ਉਹ ਤੁਹਾਨੂੰ ਮਰਿਆ ਹੋਇਆ ਦੇਖਣਾ ਚਾਹੁੰਦੇ ਸੀ ਕਿ ਕਿਉਂ ਕਪਤਾਨ ਵੇਲੇ ਵੀ ਕਿਉਂ ਬਚ ਗਏ ਇਹ ਦੁਨੀਆ ਦੀ ਕੋਈ ਲਹਿਰ ਹੈ ਜਿਹਦੇ ਚੋਂ ਇਹ ਕਹੋ ਵੀ ਇੱਕ ਵੀ ਬੰਦਾ ਨਹੀਂ ਬਚਿਆ ਕਿ ਬਿੱਟੂ ਬਾਰੇ ਵੀ ਕਹਿੰਦੇ ਆ ਆਰਮੀ ਨਹੀਂ ਉਹ ਕਹੀ ਜਾਣ ਜੱਟ ਆਰਮੀ ਹੁਣ ਮੈਂ ਕਿੱਥੇ ਕਿੱਥੇ ਜਾ ਰ ਵੀ ਬਿੱਟੂ ਬਾਰੇ ਤਾਂ ਮੈਨੂੰ ਵੀ ਪਤਾ ਹੈ ਮਤਲਬ ਕਿੰਨੀ ਵਾਰ ਮੌਤ ਦੇ ਮੂੰਹ ਚੋਂ ਹੁਣ ਮੈਂ ਹੁਣ ਆਪ ਆਪਣੇ ਮੂੰਹ ਕਿੰਨੀ ਵਾਰ ਇਹ ਜੇ ਮੌਕੇ ਚਾਂਸ ਬਣੇ ਬਸ 1971 ਚ ਮੈਨੂੰ ਯਾਦ ਆ ਵੀ 7 ਜਨਵਰੀ ਨੂੰ ਅਸੀਂ ਬੈਠੇ ਆ ਮੈਂ ਤੇ ਤਰਲੋਚਨ ਗਰੇਵਾਲ ਉਦੋਂ ਸਾਡੇ ਬੰਦੇ ਰੋਜ਼ ਮਰ ਰਹੇ ਖੜਕੜ ਤੇ ਹਾਕ ਮੋਂ ਉਦੋਂ ਫੜੇ ਗਏ ਅਖਬਾਰ ਮੰਗੂ ਵਾਲਿਆਂ ਮਾਰੇ ਆ ਗਏ ਪਖਬਰਾ ਆ ਰਹੀਆਂ ਆ ਜਾ ਮਾਰਤਾ ਅੱਜ ਮਾਰ ਅਸੀਂ 7 ਤਰੀਕ 7 ਜਨਵਰੀ ਨੂੰ ਇਹ ਕਰ ਰਹੇ ਆ ਜਦ ਐਤ ਕੀ ਆਪਾਂ ਲੋੜੀ ਦੇਖਾਂਗੇ ਕਿ ਨਹੀਂ 7 ਦਿਨਾਂ ਦਾ ਵੀ ਭਰੋਸਾ ਨਹੀਂ ਸੀ ਜਦੋਂ ਲਹਿਰ ਅੰਦਰੋਂ ਉੱਦੜਨ ਲੱਗਦੀ ਆ ਨਾ ਤੁਹਾਨੂੰ ਪਤਾ ਹੀ ਨਹੀਂ ਕਿਹੜੀ ਠਾਰ ਹੁਣ ਇਹ ਭੇਤ ਵੀ ਮੈਂ ਦੱਸਾਂ ਮੈਂ ਕਿਉਂ ਬਚ ਰਿਹਾ ਉਹ ਸਾਰੇ ਜਦੋਂ ਬਹੁਤ ਔਖਾ ਸੀ ਉਹ ਐ ਸੀ ਮੈਂ ਜਿਹੜੀ ਕਾਲਜ ਚ ਆਇਆ ਸੀ ਮੇਰੇ ਨਾਲ ਦੇ ਮੇਰੇ ਅਗਲੀ ਜਮਾਤ ਦੇ ਮੇਰੀ ਪਿਛਲੀ ਜਮਾਤ ਦੇ ਸੈਂਕੜਿਆਂ ਦੀ ਗਿਣਤੀ ਚ ਐਸਡੀਓ ਸੀ ਇਹਦੇ ਮੌਕੇ ਤੇ ਲਹਿਰ ਦੇ 18 ਨੰਗੀਆਂ ਹੋ ਜਾਣ ਪਤਾ ਹੀ ਨਹੀਂ ਕਿੱਥੋਂ ਕੁਝ ਵੀ ਸੇਫ ਨਹੀਂ ਉਦੋਂ ਤੁਹਾਡੇ ਜਿਹੜੇ ਪਰਸਨਲ ਕੰਟੈਕਟ ਹੈ ਜਿਹੜੇ ਲਹਿਰ ਨੂੰ ਵੀ ਨਹੀਂ ਪਤਾ ਮੈਨੂੰ ਸਰਵਾਈਵ ਹੋਂਦਾ ਬੰਦਿਆ ਤੇ ਇਹ ਵੀ ਅੱਜ ਬਹੁਤ ਉਪਰੀ ਲੱਗੂ ਗੱਲ ਮੇਰੇ ਦੇਹ ਲਿਆ ਦੇਹ ਦਿਆਂ ਫਰਕ ਕਿੰਨਾ ਪੈ ਗਿਆ ਬੰਦਿਆਂ ਦਾ ਕਦੇ ਕਿਸੇ ਨੇ ਯਾਰ ਮੱਥੇ ਬਾਟ ਹੀ ਨਹੀਂ ਪਾਇਆ ਸਾਡੀ ਡਾਇਲੋਜੀ ਨਾਲ ਕੋਈ ਸਬੰਧ ਨਹੀਂ ਲੈਰ ਨਾਲ ਬਸ ਸਾਡੇ ਕਾਲਜ ਦਾ ਬੰਦਾ ਮੈਂ ਤਾਂ ਹੋਸਟਲ ਜਾ ਕੇ ਮੈਸੇਜ ਰੋਟੀ ਖਾਂਦਾ ਰਿਹਾ ਜਦੋਂ ਮੇਰੇ ਤੇ ਇੰਨਾ ਸੀਰੀਅਸ ਕੇਸ ਸੀ ਪੂਰੀ ਤਰ੍ਹਾਂ ਮੈਂ ਸਾਡੇ ਘਰਦਿਆਂ ਦਾ ਬੁਰਾ ਹਾਲ ਕੀਤਾ ਪਿਆ ਉੱਥੋਂ ਇੱਕ ਵੀ ਬੰਦੇ ਨੇ ਬਟਰੇ ਨਹੀਂ ਕੀਤਾ ਤਿੰਨ ਸਾਡੇ ਜਿਹੜੇ ਸੀਗੇ ਬੰਦੇ ਨਾਲ ਪੜਦੇ ਉਹਨਾਂ ਦੇ ਪਿਓ ਮਾਰੇ ਸੀ ਇੱਕ ਦਾ ઠાਣੇਦਾਰ ਸੀ ਇੱਕ ਦਾ ਸੂਦਖੋਰ ਸੀ ਇੱਕ ਦਾ ਟਾਊਟ ਸੀ ਉੱਤਨੇ ਮਿਲਦੇ ਸੀ ਕਿ ਉੱਥੇ ਹੋਸਟਲ ਚ ਮਤਲਬ ਹੀ ਨਹੀਂ ਕਦੇ ਬੰਦੇ ਦਾ ਬਹੁਤ ਫਰਕ ਪੈ ਗਿਆ ਆ ਚੀਜ਼ਾਂ ਨੇ ਬਤਾਇਆ ਜਿਹੜਾ ਅੱਜ ਨਹੀਂ ਸਮਝ ਆਉਂਦਾ ਉਹ ਇੱਕ ਪੀੜ ਹੁੰਦਾ ਬਸ ਇਹ ਵੀ ਜਦੋਂ ਖਾੜਕੂ ਲਹਿਰ ਤੇ ਉਹ ਪੀੜ ਆ ਗਿਆ ਨਾ ਬੁੱਧ ਸੁਆਲਾ ਜਿੱਦਾਂ ਸ਼ਹੀਦ ਹੁੰਦਾ ਮੈਂ ਮੈਸੇਜ ਭੇਜਿਆ ਮੈਨੂੰ ਤਾਂ ਮਤਲਬ ਬਿੱਟੂ ਨੂੰ ਲਿਖਤੀ ਤੌਰ ਤੇ ਇਹ ਤੱਕ ਤਾਂ ਘਰ ਪਹੁੰਚਿਆ ਵੀ ਨਹੀਂ ਉਹ ਵੀ ਹੁਣ ਬਸ ਜਿਹੜਾ ਕੋਈ ਜਿੱਥੇ ਹੈ ਆਪਦੇ ਜਾਤੀ ਟਿਕਾਣਿਆਂ ਤੇ ਜਾਓ ਹੁਣ ਤੁਸੀਂ ਕਹੋ ਨਾ ਦੁਬਾਰਾ ਕੁਛ ਖੜੀ ਹੁਣ ਹੀ ਕਰ ਲਿਗੇ ਇਹ ਹੁੰਦਾ ਸਮਾਂ ਸਿੰਘ ਵੀ ਤਾਂ ਜਾਂਦੇ ਸੀ ਬੀਕਾ ਨੇਰ ਤੇ ਜਾਂ ਸ਼ਵਾਲਕ ਦੀਆਂ ਪਹਾੜੀਆਂ 'ਚ ਜਦੋਂ ਕਾਂਗ ਚੜ੍ਹ ਕੇ ਆਉਂਦੀ ਹੈ ਜ਼ੁਲਮ ਦੀ ਉਦੋਂ ਨੂੰ ਨਹੀਂ ਰੋਕ ਸਕਦੇ ਉਦੋਂ ਤੋਂ ਬਚੋ ਕੁਝ ਤਾਂ ਗੁਰ ਹੁੰਦੇ ਨਾ ਅਲਟੀਮੇਟਲੀ ਕਿਸਮਤ ਕੁਝ ਵੀ ਨਹੀਂ ਚੱਲਦਾ ਹੁੰਦਾ ਸੋ ਇਹ ਜਾਂਦੇ ਨੂੰ ਵੀ ਮੌਤ ਆਉਂਦੀ ਹੈ। ਸੋ ਇਹ ਗੱਲਾਂ ਦਾ ਹੁਣ ਕੋਈ ਕੀ ਸਫਾਈਆਂ ਦੇਵੇ ਕੀ ਬੰਦਾ ਦੱਸੇ ਨਾ। ਮੈਂ ਇਕਲੋਚਨਾ ਤੋਂ ਡੀ ਵੀ ਹੁੰਦੀ ਐ ਕਿ ਜੀ ਤੁਹਾਡਾ ਪਾਸਪੋਰਟ ਹਰਪ੍ਰਜਨ ਜੋਗੀ ਹੋਰੀ ਉਦੋਂ ਜਾਂਦੇ ਸੀ ਉਹਨਾਂ ਨੇ ਤੁਹਾਡਾ ਪਾਸਪੋਰਟ ਲੈ ਬਾਹਰ ਤੁਸੀਂ ਤਾਂ ਗਏ। ਯਾਰ ਇਹਨਾਂ ਗੱਲਾਂ ਨਾਲ ਕੀ ਫਰਕ? ਮੈਂ ਦੇਖੋ ਮੇਰਾ ਕੋਈ ਬਾਹਰ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਇਹ ਹੁਣ ਆਪਾਂ ਐਵੇਂ ਇਹ ਤਾਂ ਇਹਨਾਂ ਗੱਲਾਂ ਦੀ ਕੋਈ ਸਫਾਈ ਦੇਣ ਦੀ ਕੋਈ ਲੋੜ ਨਹੀਂ। ਜਿਵੇਂ ਦਾ ਟੋੜਾ ਅਲੱਗ ਹੋਏ ਬਾਦਲ ਤੋਂ। ਮੇਰੀ ਉਹਨਾਂ ਨਾਲ ਮੁਲਾਕਾਤ ਹੋਈ। ਮੈਂ ਮਿਲਣਾ ਨਹੀਂ ਸੀ ਚਾਹੁੰਦਾ ਇਹਨਾਂ ਨੂੰ ਪਤਾ ਵਈਆ ਤੇ ਮਾਲੀ ਅੱਜ ਜਿਉਂਦੇ ਆ ਮੈਂ ਨਹੀਂ ਸੀ ਮਿਲਣਾ ਚਾਹੁੰਦਾ ਕਿਉਂਕਿ ਮੇਰੀ ਤਾਂ ਉਹਦੇ ਨਾਲ ਕੋਈ ਨੇੜਤਾ ਹੀ ਨਹੀਂ ਸੀ ਮੈਂ ਤਾਂ ਹਾਈਲੀ ਕ੍ਰਿਟੀਕਲ ਸੀ ਚਲੋ ਮਿਲ ਲੇ ਅੱਛਾ ਉਹਨੂੰ ਮਿਲ ਕੇ ਮੈਨੂੰ ਲੱਗਿਆ ਵੀ ਯਾਰ ਬੰਦਿਆਂ ਨੂੰ ਭਾਵੇਂ ਕੋਈ ਵੀ ਆ ਜੇ ਤੁਸੀਂ ਸਮਝਣਾ ਨਾ ਮਿਲਣਾ ਚਾਰ ਦਿਨ ਹੀ ਹੁੰਦਾ ਵਰਤਾਰੇ ਨੂੰ ਇਹ ਤਾਂ ਮੇਰੀ ਮੁੱਢ ਤੋਂ ਰੁਚੀ ਸੀ ਵੀ ਵਰਤਾਰਿਆਂ ਨੂੰ ਸਮਝਣਾ ਮੈਨੂੰ ਲੱਗਿਆ ਵੀ ਚਲ ਉਹਦੇ ਉਹਦੇ ਕੋਲੇ ਬਹੁਤ ਆ ਉਨੇ ਜੋ ਗੱਲਾਂ ਸੁਨਾਈਆਂ ਮੈਨੂੰ ਐ ਲੱਗਿਆ ਵੀ ਕਿੰਨਾ ਇਤਿਹਾਸ ਜਿਹੜਾ ਸਾਰਾ ਟਰਬੂਲੈਂਟ ਪੀੜ ਹੈ ਤੇ ਇਹਦੇ ਤੱਕ ਮਤਲਬ ਸਾਰਾ ਹੰਡਾਇਆ ਹੋਇਆ ਸਾਰੀਆਂ ਟਾਕਸ ਦੇ ਵਿੱਚ ਰਿਹਾ ਹੈ ਕਿਸ ਲੈਵਲ ਤੇ ਵਿੱਚ ਰਿਹਾ ਹੈ ਤੇ ਇਹ ਤਾਂ ਕਿੱਡੇ ਇਤਿਹਾਸ ਦੇ ਭੇਦ ਲਈ ਫਰਦਾ ਨਾਲ ਤੇ ਜੇ ਬਾਹਰ ਨਾ ਆਏ ਇਹ ਤਾਂ ਐਵੇਂ ਮਰ ਜੂਗਾ ਮੈਨੂੰ ਇਸ ਗੱਲ ਦੇ ਉੱਤੇ ਮਨਾ ਲਿਆ ਵੀ ਹੁਣ ਤੂੰ ਇੱਕੋ ਹੀ ਸੇਵਾ ਕਰ ਸਕਨਾ ਬਾਦਲ ਨੂੰ ਅਨਮਨ ਹੋ ਗਈ ਕੱਢ ਤਾ ਉਹਨੇ ਕੋਈ ਭੁਖਣੀ ਸੀ ਇੱਕ ਸੇਵਾ ਤੂੰ ਅਜੇ ਵੀ ਕਿਉਂਕਿ ਮੈਨੂੰ ਅੱਜ ਵੀ ਮੈਨੂੰ ਹੈ ਉਹਦੇ ਚ ਕਿਤੇ ਨਾ ਕਿਤੇ ਪੰਥਕ ਜਜਵਾ ਸੀ ਸਾਰੀਆਂ ਕਮਜ਼ੋਰੀਆਂ ਦੇ ਬਾਵਜੂਦ ਮੈਂ ਕਿਹਾ ਤੂੰ ਇਹ ਸਾਰਾ ਇਤਿਹਾਸ ਹੁਣ ਜੋ ਵੀ ਹੈ ਤੇਰੇ ਕੋਲੇ ਇਹ ਬਾਹਰ ਕੱਢ ਉਹਦੇ ਚ ਫਿਰ ਸਕੀਮ ਇਹ ਬਣੀ ਸੀ ਵੀ ਬਾਹਰ ਜਾ ਕੇ ਬੈਠ ਉਹ ਕਹਿੰਦਾ ਵੀ ਤੂੰ ਉੱਥੇ ਆ ਜੀ ਮੈਂ ਮੇਰਾ ਤਾਂ ਪਾਸਪੋਰਟ ਮੈਂ ਤਾਂ ਮੈਂ ਤਾਂ ਐ ਕਿਵੇਂ ਚੱਲਿਆ ਜਾਊ ਉਹ ਕਹਿੰਦਾ ਇਹ ਮੇਰੀ ਜ਼ਿੰਮੇਵਾਰੀ ਹੈ ਮਨ ਤਾਂ ਫੇਰ ਵੀ ਕੋਈ ਯਕੀਨ ਨਹੀਂ ਸੀ ਤੁਸੀਂ ਲਿਖਣਾ ਸੀ ਉਹਨਾਂ ਨੇ ਦੱਸਣਾ ਸੀ ਹਾਂ ਉਹ ਕਹਿੰਦੇ 6 ਮਹੀਨੇ ਲਾਵਾਂਗੇ ਜਾਂ 3 ਮਹੀਨੇ ਜਿੰਨਾ ਵੀ ਚੱਲੇ ਤੇ ਗੱਲ ਹੈ ਇੱਕ ਮੈਂ ਮੇਰਾ ਕੋਈ ਆਈਡੀਆ ਨਹੀਂ ਸੀ ਬਾਹਰ ਜਾਣ ਦਾ ਉਹ ਆਖਰੀ ਮੌਕੇ ਤੇ ਮੈਂ ਤੇ ਜਨਰਲ ਨਰਿੰਦਰ ਸਿੰਘ ਉਹਨੂੰ ਪਿੰਡ ਮਿਲਣ ਗਏ ਆ ਉਹਦੀ ਉਹ ਚੱਕਰ ਚੱਲ ਗਿਆ ਮਹੇਸ਼ੰਦਰ ਨੇ ਤੇ ਕਲਕੱਤੇ ਨੇ ਮਤਲਬ ਮੈਨੀਪੂਲੇਟ ਕਰ ਲਿਆ ਇਹਨੂੰ ਏਕਤਾ ਵਾਸਤੇ ਉਹਨਾਂ ਨੇ ਐਂ ਸਾਡਾ ਭਵਿੱਖ ਗਿਆ ਫੇਰ ਇਹਨੇ ਤਾਂ ਮਰ ਜਾਣਾ ਸਾਡਾ ਭਵਿੱਖ ਗਿਆ ਉਹਨੇ ਬਾਦਲ ਦੇ ਏਕਤਾ ਕਰਨ ਦਾ ਕਰ ਲਿਆ ਦੁਬਾਰਾ ਬਸ ਉਹ ਅਸੀਂ ਜਾ ਕੇ ਬੈਠੇ ਹਾਂ ਉਹਦੇ ਕੋਲੇ 2 ਮਿੰਟ ਗੱਲ ਹੋਈ ਉਹ ਕੋਈ ਜਵਾਬ ਮੈਂ ਕਿਹਾ ਵੀ ਸਾਰੀ ਜ਼ਿੰਦਗੀ ਦਾ ਤਬਾਹ ਕਰ ਲਿਆਂਗਾ ਆਪਦਾ ਉਹ ਚੁੱਪ ਹੋ ਗਿਆ ਮੈਨੂੰ ਜਨਰਲ ਨੇ ਸੂਕਾ ਕਹਿੰਦਾ ਵੀ ਮੇਰੇ ਨਾਲ ਚੱਲ ਚੱਲਦੀ ਹੈ ਉਹਨੂੰ ਕੋਈ ਵਾਅਦਾ ਨਹੀਂ ਇਹ ਤਾਂ ਹੁਣ ਸਵਾਦ ਚ ਫੂਕਾ ਮਾਰਨਾ ਕੋਈ ਫਾਇਦਾ ਨਹੀਂ ਇਹਨੇ ਕਰ ਲਿਆ ਬਸ ਐ ਮੇਰਾ ਪਾਸਪੋਰਟ ਬਣਿਆ ਇਸ ਤਰ੍ਹਾਂ ਮੇਰਾ ਵੀਜ਼ਾ ਲੱਗ ਗਿਆ ਤੇ ਮੈਨੂੰ ਤਾਂ ਇਹ ਵੀ ਉਮੀਦ ਨਹੀਂ ਸੀ ਮੈਨੂੰ ਕੋਈ ਬਾਹਰ ਨਿਕਲਣ ਦੇ ਉਦੋਂ ਪਰ ਇਹ ਗੱਲਾਂ ਪੜੀਆਂ ਹੁੰਦੀਆਂ ਕਿਤੇ ਮਤਲਬ ਕਮਾਲ ਹੈ ਮੈਨੂੰ ਅੱਜ ਤੱਕ ਵੀ ਨਹੀਂ ਪੁੱਛਿਆ ਕਿਸੇ ਨੇ ਤੁਹਾਨੂੰ ਕੀ ਲੱਗਦਾ ਹੈ ਮਤਲਬ ਅਡੀਓਲੋਜੀ ਤੋ हटਕੇ ਜਿਵੇਂ ਮਤਲਬ ਤੁਹਾਡੀ ਸਿੱਧੀ ਗੱਲ ਮੈਂ ਕਹਾਂ ਕਿ ਕਿਸਾਨ ਅੰਦੋਲਨ ਸੀਗਾ ਤੁਸੀਂ ਗਏ ਲੋਕਾਂ ਨੇ ਕਿਹਾ ਤੁਸੀਂ ਐਪਿਕ ਸੈਂਟਰ ਬਣਨਾ ਚਾਹੁੰਦੇ ਸੀ ਤੁਸੀਂ ਇਹ ਚੋਂ ਖਾਲਿਸਤਾਨ ਕੱਢਣਾ ਚਾਹੁੰਦੇ ਸੀਗੇ ਕਰਤਾਰ 쿠ਸ਼ੀ ਤੁਹਾਡੀ ਹੋਈ ਬਹੁਤ ਵੱਡੇ ਪੱਦਰ ਦੇ ਉੱਤੇ ਫਿਰ ਕਿਉਂ ਆਗਾ ਤੁਸੀਂ ਕਹਿੰਦੇ ਇਹ ਜਦਵਿੰਦਰਾ ਤੁਹਾਡੇ ਬਾਰੇ ਇੱਕ ਪਰਸੈਪਸ਼ਨ ਬਣ ਗਈ ਅਗਲੇ ਦੀ ਬਣ ਗਈ ਨਾ ਕਿਸੇ ਕਾਰਨ ਕਰਕੇ ਪ੍ਰੈਜੂਡੀਸਨ ਮਨ ਤੇ ਵਿਰੋਧ ਹੈ ਇਹ ਲੱਗਦਾ ਵੀ ਖਤਰਨਾਕ ਇਹਨੇ ਕੁਝ ਕੰਮ ਖਰਾਬ ਕਰਨਾ ਹੈ ਇਹ ਤਾਂ ਇੱਕ ਪਰਸੈਪਸ਼ਨ ਹੈ ਨਾ ਹੁਣ ਮੇਰੇ ਵਿੱਚ ਕੀ ਕੀ ਚੇਂਜਸ ਆਈਆਂ ਹਨ ਉਹ ਦੱਸ ਨਹੀਂ ਦੇ ਨਾ ਤੇ ਸਮਝਣ ਦਾ ਯਤਨ ਨਹੀਂ ਕਰਨਾ ਸੋਚਣ ਦੀ ਲੋੜ ਵੀ ਕੀ ਆ ਅਗਲੇ ਕੋਈ ਵੀ ਨਹੀਂ ਸਮਝੂਗਾ ਉਹ ਬੰਦੇ ਕਮਜ਼ੋਰ ਹੁੰਦੇ ਨੇ ਬਹੁਤ ਨਾ ਉਹ ਆਪਲੀ ਤੋਂ ਪਾਸੇ ਹਟ ਸਕਦੇ ਨਾ ਉਹ ਦੂਜੇ ਨੂੰ ਸੋਚ ਸਕਦੇ ਨਹੀਂ ਕੋਈ ਬੰਦਾ ਬੀਤਾ ਆ ਹੀ ਰਹ ਹੁੰਦਾ ਐਂ ਹੁੰਦਾ ਹੁਣ ਮੈਂ ਮੈਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਤੁਸੀਂ ਗੱਲਬਾਤ ਮੇਰੇ ਨਾਲ ਕੀਤੀ ਹੈ ਮੇਰਾ ਖਲੋਥੇ ਸਿੰਘੂ ਬਾਰਡਰ ਤੇ ਹੈ ਨਾ ਯਾ ਤੁਸੀਂ ਕਾਫੀ ਮੇਰੇ ਨਾਲ ਕੀਤੀ ਹੈ ਹਾਂ ਮਤਲਬ ਮੇਰਾ ਤਾਂ ਉੱਥੇ ਸੀ ਜਿਸ ਕਿਸਮ ਦਾ ਵੀ ਇਹ ਮਾਹੌਲ ਪੈਦਾ ਹੋ ਗਿਆ ਨਾ ਇਹ ਨੇ ਤਾਂ ਬੜਾ ਕੁਝ ਬਦਲ ਦੇਣਾ ਬੰਦੇ ਟ੍ਰਾਂਸੈਂਡ ਕਰ ਲੰਗੇ ਮੈਂ ਤੈਨੂੰ ਵੀ ਕਿਹਾ ਸੀ ਸਾਰਿਆਂ 'ਚ ਹੀ ਫਰਕ ਪੈਣਾ ਕਿ ਕਲਾ ਕਲਾ ਵਰਤਨ ਵਾਲਾ ਤੁਹਾਡੇ ਬਾਰੇ ਕਿਹਾ ਗਿਆ ਕਿ ਗੁਰੂ ਦੀ ਕਲਾ ਵਾਲਾ ਸਾਰਾ ਸੀ ਔਰ ਕਿਹਾ ਗਿਆ ਕਿ ਦੀਪ ਸਿੱਧੂ ਦਾ ਸਾਰਾ ਤੁ ਤੁਹਾਡਾ ਫੀਡ ਕਰਦੇ ਸੀ ਤੁਸੀਂ ਚਲੋ ਤਾਂ ਇੱਕ ਬੰਦੇ ਨੇ ਧਾਰਨਾ ਬਣਾ ਲਈ ਨਾ ਮਤਲਬ ਵੀ ਉਹ ਦੀਪ ਸਿੱਧੂ ਦਾ ਮੇਰਾ ਕਿੰਨਾ ਅਖੀਆ ਕਿ ਮੈਂ ਤਾਂ ਜੋ ਮਰਜ਼ੀ ਬਣਾਈ ਚੱਲੋ ਤੁਸੀਂ ਜਦੋਂ ਪਹਿਲਾਂ ਇੱਕ ਧਾਰਨਾ ਬਣਾ ਲਈ ਉਹਦੇ ਹਰ ਐਕਟ ਨੂੰ ਉਹਦੀ ਹਰ ਗੱਲ ਨੂੰ ਉੱਥੋਂ ਦੇਖਣਾ ਹੁਣ ਕਲਾ ਵਰਤਨ ਵਾਲੀ ਗੱਲ ਜਿਹਦਾ ਨਹੀਂ ਵਿਸ਼ਵਾਸ ਕਲਾਨੀ ਵਰਤੀ ਮਤਲਬ ਐਡਾ ਵੱਡਾ ਸੋਚ ਸਕਦਾ ਸੀ ਕੋਈ ਐਡਾ ਵੱਡਾ ਹਾਰ ਉੱਠੂਗਾ। ਥਲ ਕਿਸਾਨ ਜੱਥੇ ਬੰਦੀਆਂ ਦਾ ਆਪਦਾ ਇੱਕ 베ਸ ਹੈ ਉਹਨਾਂ ਕਾ ਤਾਂ ਸਮਝ ਆਉਂਦਾ ਉਹ। ਤੁਹਾਨੂੰ ਲੱਗਦਾ ਉੱਥੇ ਕਿਸਾਨ ਜੱਥੇ ਬੰਦੀਆਂ ਦਾ 베ਸ ਪਹੁੰਚਿਆ ਸੀ? ਪੰਜਾਬ ਵੀ ਪਹੁੰਚ ਗਿਆ ਸੀ। ਸਾਰਾ ਪੰਜਾਬ ਪਹੁੰਚ ਗਿਆ ਸੀ ਕਿਸ ਕਿਸਮ ਦਾ ਕਿੰਨੀ ਭਾਵਨਾ ਨਾਲ ਪਹੁੰਚੇ ਬੰਦੇ ਮਤਲਬ ਕਲਾਕਾਰਾਂ ਤੋਂ ਲੈ ਕੇ ਕਿਸ ਕਿਸਮ ਦੇ ਇਹ ਹੁਣ ਮਤਲਬ ਐਡੀ ਵੱਡੀ ਗੱਲ ਜਾਗ ਪੈਣੀ। ਇਹ ਕਿਸੇ ਦੇ ਪ੍ਰਾਪੇ ਕੰਡੇ ਨੇ ਜਗਾਤੀ। ਪਰ ਉਹੀ ਗੱਲ ਹੈ ਨਾ ਕਾਮੇਡ ਵਰਸ ਜਿਹੜਾ ਸਿੱਖ ਬਣਿਆ ਨਹੀਂ ਉਹ ਫਿਰ ਤਾਂ ਬਣ ਗਿਆ ਨਾ ਉਹ ਸਿੱਖਾਂ ਦੀ ਤਰ੍ਹਾਂ ਤੁਸੀਂ ਸਭ ਤੋਂ ਵੱਡੇ ਸੀਗੇ ਆਈਡਿਓਲੋਗ ਉਧਰਲੇ ਪਾਸਿਓਂ ਸੀਗੇ ਉਹਨਾਂ ਨੇ ਕਿਹਾ ਕਿ ਤੇ ਜੀ ਅਜਮੇਰ ਸਿੰਘ ਨੇ ਆ ਕੇ ਸਾਡਾ ਬੇੜਾ ਕਰਤਾ ਉਹਨਾਂ ਉਹਨਾਂ ਦਾ ਮਤਲਬ ਇੱਕ ਤਾਂ ਸ਼ਾਇਦ ਉਹ ਜੈਨੂਨਲੀ ਆਏ ਦੇਖਦੇ ਹੁਣ ਮੇਰੇ ਬਾਰੇ ਸ਼ਾਇਦ ਕਈ ਵਾਰ ਨਾ ਵੀ ਦੇਖਦੇ ਹੁਣ ਨਾ ਲੋਡ ਵੀ ਬਣ ਜਾਂਦੀ ਦੇਖੋ ਕੋਈ ਵੀ ਆ ਜਿਹੜਾ ਬੰਦਾ ਆਈਡਿਓਲੋਜੀ ਆਈਡਿਓਲੋਜੀ ਤੇ ਖੜਾ ਬੰਦਾ ਬਹੁਤ ਡਰਦਾ ਕਿਉਂਕਿ ਉਹਦਾ ਇੱਕ ਸਰਕਲ ਆਫ ਸਰਟੇਨਟੀ ਹੈ ਜਿੱਦੇ ਸਿਰ ਤੇ ਜਿਉਂਦਾ ਹੈ ਉਹ ਜਿੱਦੇ ਉਹਦੇ ਉਹ ਵਿਸ਼ਵਾਸ ਤੇ માનਤਾਵਾਂ ਟੁੱਟ ਗਈਆਂ ਕਿਤੇ ਉਹ ਜਿਊਂਗਾ ਕਿਵੇਂ ਆਈਡੀਆਲੋਜੀ ਤੋਂ ਵੱਡਾ ਕੁਝ ਨਹੀਂ ਆਈ ਦਿਲ ਜ਼ਿੰਦਗੀ 'ਚ ਜਿਹੜਾ ਮੈਂ ਟ੍ਰਾਂਸੈਂਡ ਕਰਨ ਦੀ ਗੱਲ ਕਰਦਾ ਨਾ ਟ੍ਰਾਂਸੈਂਡ ਬੰਦਾ ਉਹ ਕਰ ਸਕਦਾ ਜਿਹਦਾ ਆਪਦੀ ਆਈਡੀਆਲੋਜੀ ਤੋਂ ਉੱਪਰ ਵੀ ਕੋਈ ਚੀਜ਼ ਹੈ ਵੱਡੀ ਕੋਈ ਹਾਇਰ ਆਈਡੀਆਲ ਜਿੱਥੇ ਪਹੁੰਚਣਾ ਚਾਹੁੰਦਾ ਹੈ ਕੀ ਕਾਮਰੇਡ ਜਾਂ ਲੈਫਟ ਕਿੱਥੇ ਪਹੁੰਚਣਾ ਚਾਹੁੰਦੇ ਮਾਰਕਸ ਬਾਅਦ ਤੋਤੇ ਤਾਂ ਉਹਨਾਂ ਵਾਸਤੇ ਕੁਝ ਨਹੀਂ ਸਭ ਕੁਝ ਅੰਤਮ ਉਹੀ ਹਨ ਬਾਅਦ ਤੇ ਤਾਂ ਹੁਤਾ ਫਿਰ ਬੰਦਿਆਂ ਲਈ ਕਮਜ਼ੋਰੀਆਂ ਆਉਣਗੀਆਂ ਉੱਥੇ ਤਾਂ ਅਨੋਵੇਡੇਬਲ ਹੈ ਟ੍ਰਾਂਸੈਂਡ ਉਹ ਕਰ ਸਕੂ ਜਿਹਨੂੰ ਉਹ ਤੋਂ ਵੱਡਾ ਹੈ ਬਿਲਕੁਲ ਵੱਡਾ ਤਰਵਾਸ ਕੋਈ ਵੱਡਾ ਨੱਚ ਗੱਲ ਦਿਸਦੀ ਹੈ ਉਹ ਹੈ ਨਹੀਂ ਉਹਨਾਂ ਕੋਲ ਸੋ ਇਹ ਮੇਰੀ ਖੁਸ਼ ਫਹਿਮੀ ਤੁਹਾਨੂੰ ਲੱਗਦਾ ਤਿੰਨਾ ਥਾਵਾਂ ਤੇ ਤੁਹਾਡੇ ਤੋਂ ਕੋਈ ਸੀ ਖੜੇ ਹੋ ਕੇ ਆਪਦੇ ਆਪ ਨੂੰ ਕਿਹਾ ਹੋਵੇ ਯਾਰ ਗਲਤੀ ਹੋ ਗਈ ਬਹੁਤ ਵੱਡੀਆਂ ਗਲਤੀਆਂ ਹੋ ਗਈਆਂ ਚਾਹੇ ਉਹ ਨਕਸਲਵਾੜੀ ਮੂਵਮੈਂਟ ਸੀ ਚਾਹੇ ਉਹ ਖਾਲਸਤਾਨ ਦਾ ਕਿਸਾਨ ਅੰਦੋਲਨ ਸੀ ਮੇਰਾ ਦੋਸ਼ ਹੈ ਲੱਗਦਾ ਵੀ ਜਦੋਂ ਚੌਥੇ ਦਿਨ ਉੱਠ ਕੇ ਕਹਿਨਦਾ ਆ ਗਲਤ ਹੋ ਗਿਆ ਇਹ ਤਾਂ ਕੁਠੀ ਹੈ ਹੀ ਨਹੀਂ ਇਹ ਤਾਂ ਬਦਲਦਾ ਹੀ ਰਹਿੰਦਾ ਜਿਵੇਂ ਮੈਂ ਬੇਦਖਰ ਨੇ ਕਿਹਾ ਸੀ ਵੀ ਮੂਰਖੀ ਕੰਸਿਸਟੈਂਟ ਹੋ ਸਕਦਾ ਕੰਸਿਸਟੈਂਟ ਬੰਦਾ ਕਿਵੇਂ ਹੋਏ ਜਿਹਨੇ ਗਰੋ ਕਰਨਾ ਹੈ ਅੱਜ ਮੈਂ ਕੁਝ ਹੋਰ ਸੋਚ ਰਿਹਾ ਹੋ ਸਕਦਾ ਮੈਂ ਤਾਂ ਉਮੀਨਿਆਂ ਨੂੰ ਕੁਝ ਹੋਰ ਤਰ੍ਹਾਂ ਸੋਚਾਂ ਜੇ ਤਾਂ ਇੱਥੇ ਹੀ ਖੜਨਾ ਹੈ ਵੀ ਇੱਕ ਆਵ ਦਾ ਥਾਟ ਸਿਰਦ ਲਿਆ ਉਹਦੇ ਗੁਲਾਮ ਬਣ ਕੇ ਉਹਦੇ ਸ਼ੈਲ ਚ ਜਾਉਣਾ ਬਸ ਇਹ ਮੈਂ ਥੋ ਮਾਰਕਸ ਵਾਦ ਵੇਲੇ ਵੀ ਨਹੀਂ ਹੋਇਆ ਮੈਂ ਮਾਰਕਸ ਨੂੰ ਮਾਓ ਨੂੰ ਲੈਨਨ ਨੂੰ ਹੋਰ ਨਾજર ਨਾਲ ਪੜਿਆ ਇਹਨਾਂ ਤੋਂ ਇਹ ਨਹੀਂ ਪੜਿਆ ਜਾਂਦਾ ਪਹਿਲੀ ਗੱਲ ਤਾਂ ਉਹਨਾਂ ਪੜਦੇ ਹੀ ਨਹੀਂ ਜਿੰਨਾ ਚਿਰ ਤੁਸੀਂ ਜਿਹੜੇ ਇਸ ਤਰ੍ਹਾਂ ਦੇ ਬੰਦੇ ਨੇ ਨਾ ਇਹ ਆਪਦੇ ਪੱਧਰ ਤੇ ਆਪ ਗੰਬਰ ਹੈਗੇ ਨਾ ਥਾਟ ਦੇ ਤਾਂ ਕੋਈ ਛੋਟੇ ਬੰਦੇ ਥੋੜਾ ਨੇ ਦੁਨੀਆ ਚ ਕਿੱਡਾ ਫਚਾਲ ਪਾਇਆ ਹੈ ਕੋਈ ਗਲਤ ਹੈ ਨਾ ਇਹਨਾਂ ਬੰਦਿਆਂ ਨੂੰ ਇੱਥੇ ਕੀ ਬਣਿਆ ਰਵਾਜ ਗੁਰਬਾਣੀ ਚੋਂ ਵੀ ਅੱਜ ਕੱਲ੍ਹ ਆਏ ਵੀ ਆਪਦੇ ਮਤਲਬ ਦੀਆਂ ਟੁਕਾਂ ਕੱਢ ਕੇ ਹਵਾਲੇ ਦੇ ਦਿਓ ਇਹ ਆਇਆ ਇੱਥੋਂ ਹੈ ਸਿੱਕਾਂ ਦੀ ਜਿਹੜੀ ਮੇਨ ਪ੍ਰੋਬਲਮ ਹੈ ਉਹ ਜੋ ਕੁਝ ਕਰ ਰਹੇ ਉਹਨਾਂ ਨੇ ਜਿਹੜਾ ਕਮਿਊਨਿਸਟ ਕਲਚਰ ਇੱਥੇ ਸਟੈਬਲਿਸ਼ ਹੋ ਗਿਆ ਨਾ 100 ਸਾਲ ਚ ਹੁਣ ਤਾਂ 100 ਸਾਲ ਹੋ ਗਿਆ ਪੂਰਾ ਪੰਜਾਬ ਚ ਤੇ ਉਹ ਖਾਸ ਕਰਕੇ ਜਿਹੜਾ ਪਿਛਲੇ 40 50 ਸਾਲ ਦਾ ਉਹ ਉਹ ਕਲਚਰ ਪੋਲੀਟੀਕਲ ਸਾਰਿਆਂ ਨੇ ਇੰਟਰਨਲਾਈਜ਼ ਕਰ ਲਿਆ ਅੱਛਾ ਮੈਂ ਕਹਿ ਰਿਹਾ ਸੀ ਜਿਵੇਂ ਤੁਸੀਂ ਕਿਹਾ ਲੈਫਟ ਵੇਲੇ ਤੁਹਾਨੂੰ ਹੋਇਆ ਐ ਖਾਲਸਾਤਨ ਮੂਵਮੈਂਟ ਵੇਲੇ ਵੀ ਲੱਗਿਆ ਕਦੇ ਸ਼ਰਮਿੰਦਗੀ ਹੋਈ ਹੋਵੇ ਯਾਰ ਆ ਬਹੁਤ ਜੀ ਮਤਲਬ ਬਹੁਤ ਗੱਲਾਂ ਦਾ ਮੈਨੂੰ ਇਹ ਸੀ ਵੀ ਜਾਰੇ ਮੈਂ ਖੁਸ਼ਫਹਿਮੀ ਸੀਗੀ ਬੰਦੇ ਉੱਡੇ ਨਹੀਂ ਦਲੇਰ ਸੀਗੇ ਬੰਦੇ ਤੋਂ ਭਾਵੇਂ ਨਹੀਂ ਵੀ ਕੋਈ ਵੀ ਨਹੀਂ ਸੀ ਹੁਣ ਬਾਹਰ ਬੈਠੇ ਬੰਦਿਆਂ ਨੂੰ ਤਾਂ ਪਤਾ ਨਹੀਂ ਯਾਰ ਉੱਥੇ ਹੀਰਿਆਂ ਅੱਗੇ ਬੰਦੇ ਵੀ ਕਿੰਨੇ ਸੀ ਪਰ ਕਈ ਬੰਦਿਆਂ ਦਾ ਨਾਂ ਬਣ ਗਿਆ ਪਰ ਓਡੀ ਗੱਲ ਹੋਣਾ ਚਾਹੀ ਨਹੀਂ ਸੀ ਫਲਾਈਟ ਨਹੀਂ ਸੀ ਕੋਈ ਸੂਰਮੇ ਸੀਗੇ ਬੰਦੇ ਚਲੋ ਸੂਰਮੇ ਤੇ ਸੂਰ ਹੋਏ ਤੌਰ ਤੇ ਕਦਰ ਹੋਣੀ ਚਾਹੀਦੀ ਹੈ ਬ੍ਰਿਲੀਅੰਟ ਜੀਨੀਅਸ ਸੀਗੇ ਬੰਦੇ ਮਿਲਟਰੀ ਦੇ ਅਫੇਅਰਸ ਦੇ ਵਿੱਚ ਨਾ ਲੈਣਾ ਚਾਹੁੰਦੇ ਗੁਰਦੰਟ ਸੂਬਤ ਸੂ ਵਾਲਾ ਜਿੰਦਾ ਸੁੱਖਾ ਮਥਰਾ ਭਾਈ ਦਲਜੀਤ ਸੂ ਹਾਲ ਹੋਰ ਨੇਕਾਂ ਇੱਥੇ ਬੱਬਰਾਂ ਦੇ ਵਿੱਚ ਭਾਈ ਨੋਖ ਸੂ ਵਰਗੇ ਚਲੋ ਮੇਰਾ ਬੱਬਰਾਂ ਨਾਲ ਉਹਨਾਂ ਇੰਟਰੈਕਸ਼ਨ ਨਹੀਂ ਇਹ ਤਾਂ ਇਹਨਾਂ ਨੂੰ ਤੁਸੀਂ ਮੰਨਦੇ ਡ ਬ੍ਰਿਲੀਅੰਟ ਵੀ ਸੀ ਜਿਹੜੇ ਜਿੰਨਾਂ ਕੋਲੇ ਆਈਡੀਆ ਸੀ ਆਈਡੀਆ ਕਰਦਾਰ ਵੀ ਸੀ ਇਹਨਾਂ ਨੂੰ ਤੁਸੀਂ ਮੰਨਦੇ ਹੋ ਨਹੀਂ ਸੀ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦਾ ਤੁਹਾਨੂੰ ਲੱਗਦਾ ਕੋਈ ਨਹੀਂ ਮੈਨੂੰ ਨਾ ਨਹੀਂ ਮੈਂ ਲੈਣਾ ਚਾਹੁੰਦਾ ਦੇਖੋ ਮੈਂ ਚਾਹੁੰਦਾ ਸੀਗਾ ਸਾਰਾ ਰਿਵਿਊ ਕਰਨਾ ਲਹਿਰ ਦਾ ਮੇਰੇ ਜਿਹੜੀਆਂ ਸਾਰੀਆਂ ਕਿਤਾਬਾਂ ਪਹਿਲੀਆਂ ਉਹ ਤਾਂ ਮੈਂ ਅਧਾਰ ਹੀ ਤਿਆਰ ਕਰ ਰਿਹਾ ਸੀ ਨਾ ਅਲਟੀਮੇਟਲੀ ਮੈਂ ਉਹ ਲਹਿਰ ਦਾ ਰਿਵਿਊ ਕਰਨਾ ਚਾਹੁੰਦਾ ਸੀ ਤੇ ਮੇਰਾ ਬਹੁਤ ਤਮੰਨਾ ਸੀਗੀ ਮੈਂ ਬਹੁਤ ਤਿਆਰੀ ਵੀ ਕੀਤੀ ਨੋਟਸ ਲਏ ਸਭ ਕੁਝ ਕੀਤਾ ਪਰ ਹੁਣ ਮੈਂ ਉਹ ਡ੍ਰੌਪ ਕਰਤਾ ਹੁਣ ਜਿਹੜਾ ਮਾਹੌਲ ਹੈ ਨਾ ਉਹ ਕੰਡਿਊਸ ਉਹ ਰਿਹਾ ਨਹੀਂ ਕੁਛ ਵੀ ਗੱਲ ਕਰਨ ਦਾ ਕ੍ਰਿਟੀਕਲ ਸੋਸ਼ਲ ਮੀਡੀਆ ਨੇ ਕਰਤਾ ਹੈ ਸੋਸ਼ਲ ਮੀਡੀਆ ਨੇ ਤਾਂ ਉਹ ਵਧਾਤਾ ਜਾਂ ਉਹਨੂੰ ਪਲੇਟਫਾਰਮ ਦਿੰਦਾ ਬੰਦੇ ਤਾਂ ਮਨ ਚ ਤਾਂ ਪਿਆ ਨਾ ਗੰਦ ਅੱਗੇ ਨਿਕਲਦਾ ਨਹੀਂ ਸੀ ਕਿੱਥੇ ਕੱਢੂ ਬੰਦਾ ਫੋਰਮ ਨਹੀਂ ਸੀ ਕੋਈ ਪਲੇਟਫਾਰਮ ਨਹੀਂ ਸੀ ਹੁਣ ਤਾਂ ਸਿਰਜ ਤੇ ਪਲੇਟਫਾਰਮ ਜਿਹੜਾ ਬੰਦਾ ਇੰਨਾ ਉਹਦੀ ਗੈਲੋ ਅਗਲੀ ਨੇਸ ਬਾਹਰ ਆ ਰਹੀ ਹੈ ਬੰਦੇ ਦੀ ਬੰਦਾ ਬੰਦਾ ਬਣ ਕੀ ਗਿਆ ਇਨੀ ਜ਼ਹਿਰ ਐਨੇ ਤੋ ਸਭ ਐਨੀ ਕੋੜਤਾਂ ਤੇ ਆ ਲੈ ਮਤਲਬ ਹਰ ਬੰਦਾ ਅਸੀਂ ਜਾਤਵਿੰਦਰ ਜਦੋਂ ਰਹਿਆ ਸੀ ਬਹੁਤ ਪੜਦੇ ਵੀ ਸਭ ਕੁਝ ਸੀ ਅਸੀਂ ਕਿਸੇ ਵੀ ਗੱਲ ਬਾਰੇ ਬੋਲਣ ਤੋਂ ਪਹਿਲਾਂ ਡਰਦੇ ਸੀ ਬਿਜਰ ਨਹੀਂ ਮoje ਤੋਂ ਕਹਿੰਦਾ ਸੀ no investigation no right to speak ਜਿੰਨਾ ਤੇ ਤੁਹਾਨੂੰ ਥਾਰੋ ਨੌਲੇਜ ਨਹੀਂ ਨਾ ਇੱਥੇ ਹੁਣ ਤਾਂ ਮਤਲਬ ਹੀ ਕੋਈ ਨੌ ਜਿੰਨੀ ਗੱਲ ਦਾ ਪਤਾ ਹੁੰਦਾ ਅਥਾਰਟੀਟਿਵ ਬਿਆਨ ਦਿੰਦੇ ਆ ਬੰਦੇ ਇਸ ਮਾਹੌਲ ਚ ਤੁਸੀਂ ਕਹੋ ਵੀ ਅਸੀਂ ਲਹਿ ਮਤਲਬ ਆ ਇੱਕ ਰਿਵਿਊ ਪੇਸ਼ ਕਰ ਸਕੀਏ ਜਿ ਤੋਂ ਬੰਦੇ ਸਿੱਖਣ ਝੂਠ ਮੈਥੋ ਨਹੀਂ ਬੋਲਿਆ ਜਾਣਾ ਸੱਚ ਜਰਿਆ ਨਹੀਂ ਜਾਣਾ ਦੋਹੇ ਲਹਿਰਾਂ ਬਾਰੇ ਖੂਬਸੂਰਤ ਵੀ ਦੋਹਾਂ ਚ ਬਹੁਤ ਕੁਝ ਹੈ ਪਰ ਨਾਲ ਦੂਜਾ ਵੀ ਬਹੁਤ ਕੁਝ ਹੈ ਹੁੰਦਾ ਹਰ ਲਹਿਰ ਇਹ ਕੋਈ ਇਹੀ ਜੀ ਗੱਲ ਨਹੀਂ ਜਿੱਥੇ ਧਰਮ ਮਿਸਿੰਗ ਹੈ ਨਾ ਬੰਦੇ ਆਏ ਨਾ politically motivated ਹੋ ਕੇ ਦੋ ਕਿਸਮ ਦੇ ਬੰਦੇ ਖੜਕੂ ਲਰ 84 ਤੋਂ ਬਾਅਦ ਆਏ ਇੱਕ ਜਿਹੜੇ politically motivated ਸੀ ਸਿਰਫ ਮੈਨਲੀ ਇੱਕ ਜਿਹੜੇ ਬੰਦੇ ਰਿਲੀਜੀਅਸਲੀ motivated ਸੀ ਕਈ ਬੰਦੇ ਟੂ ਸਟਾਰਟ ਵਿਦ politically ਮੋਟੀਵੇਟ ਜਿਵੇਂ ਦਿੰਦਾ ਬਿਲਕੁਲ ਉਹਦਾ politically ਆਇਆ ਉਹਦੇ ਚ ਉਹ ਸੀਗਾ ਸੂਰਮਗਤੀ ਵਾਲਾ ਸੀ ਮਿਲਟੈਂਸੀ ਪਰ ਮੁੜ ਕੇ ਉਹ ਕਿੱਡਾ ਧਰਮ ਦੇ ਵਿੱਚ ਉਹ ਬਣਿਆ ਇਹ ਟ੍ਰਾਂਸਫਰਮੇਸ਼ਨਸ ਹੋਈਆਂ ਬੰਦਿਆਂ ਦੀਆਂ ਕਈ ਧਰਮ ਚੋਂ ਆਏ ਬੰਦੇ ਸੰਪਰਦਾਵਾਂ ਚੋਂ ਪਰ ਤੂੰ ਸੋਚ ਨਹੀਂ ਸਕਦਾ ਕਿੱਡੀ ਗ੍ਰਾਵਟਾਈ ਬੰਦਾ ਹੈ ਇਹ ਬੜੇ ਵਰਤਾਰੇ ਵਾਪਰਦੇ ਨੇ ਬੜਾ ਡਾਈਵਰਸਡਾ ਸਭ ਕੁਝ ਸੋ ਇਹ ਸਾਰੇ ਕੁਸ਼ ਨੂੰ ਜਾਣਨ ਬਾਰੇ ਤੇ ਤੁਸੀਂ ਉਹ ਕਰ ਸਕੋ ਵੀ ਹਾਜਮ ਕਰ ਸਕੋ ਇੱਕ ਉਸ ਤਰ੍ਹਾਂ ਦਾ ਮਤਲਬ ਵੀ ਗੱਲਾਂ ਨੂੰ ਇਹ ਹੁਣ ਤੱਕ ਨਹੀਂ ਨਾ ਲਾਈਫ 'ਚ ਆ ਨਾ ਕਿਤੇ ਸੋਸਾਇਟੀ 'ਚ ਬਰਦਾਸ਼ਤ ਕਰਨ ਦੀ ਕਪੈਸਿਟੀ ਗਈ ਆ ਪ੍ਰਚਾਰਕ ਐ ਲੜਦੇ ਹੁੰਦੇ ਸੀ ਕਿਤੇ ਮਾੜੀ ਜੀ ਗੱਲ ਕਹਿ ਦੇਉ ਉੱਥੇ ਮਨ ਲੱਗ ਜਾਂਦਾ ਸਿੰਘ ਫਸਾ ਲੈਂਦੇ ਤੁਸੀਂ ਇਗਨੋਰ ਕਰੋ ਮਸਕੀਨ ਕਦੇ ਕਿਸ ਨਾਲ ਜਿਦਿਆ ਸੰਤਾ ਤਰ ਸ਼ੁਮਾਏ ਜਿਦਿਆ ਕਿਸੇ ਨਾਲ ਉਹਨਾਂ ਦੀ ਵੀ ਲੋਚਨਾ ਹੁੰਦੀ ਹੈ ਉਹ ਲੋਚਨਾ ਤਾਂ ਖਰ ਹਰ ਇੱਕ ਦੀ ਲੋਚਨਾ ਗੁਰੂਆਂ ਦੀ ਉਹਨਾਂ ਦੇ ਜਿਉਂਦੇ ਜੀ ਹੋਈ ਹੈ ਪਰਿਵਾਰਾਂ ਚੋਂ ਵੀ ਹੋਈ ਹੈ ਇਹ ਤਾਂ ਇਹ ਤਾਂ ਗੱਲਾਂ ਨਿਜਮ ਹੈ ਲੋਚਨਾ ਹਰ ਇੱਕ ਦੀ ਹੋ ਉਸ ਅਲੋਚਨਾ ਚੋਂ ਕੋਈ ਬੰਦਾ ਗਰੋ ਕਰ ਗਿਆ ਹੋਵੇ ਫਿਰ ਵੀ ਇਹ ਪ੍ਰਵਾਹ ਨਹੀਂ ਉਹ ਉਹੀ ਕਰੂ ਜਿਹਦੇ ਚ ਦਮ ਹੋ ਨਹੀਂ ਤਾਂ ਲੋਚ ਨਾਲ ਵੇੜ ਦਿੰਦੇ ਆ ਬੰਦੇ ਨੂੰ ਬਸ ਜੋ ਉਹਨਾਂ ਨੇ ਸਿਰਜਤਾ ਤੁਹਾਡਾ ਇਮੇਜ ਗਿਆ ਤੇ ਮੋਰਲਾਈਜੇਸ਼ਨ ਆਉਂਦੀ ਆ ਬੰਦਿਆਂ ਚ ਤੁਹਾਡੀ ਚਾਹੀਏ ਮਰ ਮੈਂ ਬੰਦਾ ਹੀ ਆ ਆ ਹੁਣ ਡਿਮੋਰਲਾਈਜੇਸ਼ਨ ਆ ਮੈਂ ਲਿਖਣ ਦਾ ਕੰਮ ਛੱਡਤਾ ਬੋਲਣ ਲੱਗੇ ਵੀ ਡਰ ਕੇ ਬੋਲੋ ਇਹ ਮੇਰੇ ਤੇ ਕਦੇ ਵੀ ਨਹੀਂ ਸੀ ਹੁੰਦਾ ਇਹ ਸੰਭਲ ਕੇ ਬੋਲੋ ਡਰ ਕੇ ਬੋਲੋ ਮਨ ਦੇ ਬਰਦਾਸ਼ਤ ਕਰਦੇ ਸੀ ਬੜਾ ਖੁਸ਼ ਹੁਣ ਤਾਂ ਬਰਦਾਸ਼ਤ ਕਰਨ ਦੀ ਸਮਰੱਥਾ ਗਈ ਕਿਉਂਕਿ ਮਨਾਂ ਦੇ ਵਿੱਚ ਜ਼ਹਿਰ ਭਾਸ਼ਾ ਯਾਰ ਕਿੱਡੀ ਪੰਦਰ ਡਿੱਗਿਆ ਪ੍ਰੀਵੀ ਤੇ ਲੱਗਦਾ ਹੋਊ ਨਾ ਅਡਾਇਓਲੋਜੀ ਵਾਲੇ ਨੂੰ ਵੱਖਰੇ ਨੂੰ ਲੱਗਦਾ ਇਹਨੇ ਇੱਥੋਂ ਬੋਲਣਾ ਧੜੇ ਵਾਲੇ ਨੂੰ ਲੱਗਦਾ ਹੋਊ ਇਹ ਤਾਂ ਫਲਾਣੇ ਧੜੇ ਤੋਂ ਬੋਲ ਰਿਹਾ ਹੈ ਇਸ ਕਰਕੇ ਅਸੀਂ ਹਾਂ ਉਹੀ ਹੈ ਉਹ 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 ਨਹੀਂ ਗਲਤ ਕਰ ਰਹੇ ਉਹ ਤਾਂ ਆਪਣਾ ਧਰਮ ਨਿਵਾ ਰਹੇ ਨੇ ਇਹ ਕੋਈ ਇਹੀ ਜੀ ਗੱਲ ਨਹੀਂ ਵੀ ਆਕਾਰਨ ਵਾਪਰ ਕੇ ਇਹ ਤੋ ਤੱਕ ਗੱਲ ਪਹੁੰਚਣੀ ਸੀ ਇਹਨੂੰ ਕੋਈ ਇਡਿਆਲੋਜੀ ਮੋੜਾ ਨਹੀਂ ਪਾ ਸਕਦੀ ਤੁਸੀਂ ਜੋ ਕੱbbi ਲਹਿਰ ਦਾ ਹਾਲਤ ਹੈ ਹਰ ਸਾਰੇ ਉਹ ਸਭ ਦੇ ਸਾਹਮਣੇ ਉੱਥੋਂ ਤੁਸੀਂ ਕਹੋਣਾ ਕੋਈ ਮੋੜਾ ਪਾ ਲੂਣ ਮਤਲਬ ਹੀ ਨਹੀਂ ਸਿੱਖਾਂ ਚ ਵੀ ਮਤਲਬ ਹਰੇ ਬੰਦੇ ਦੇ ਵਸ ਦਾ ਰੋਗ ਨਹੀਂ ਕਿਸੇ ਨਾ ਕਿਸੇ ਫਾਰਮ ਚ ਡਵਾਈਨ ਇੰਟਰਵੈਂਸ਼ਨ ਹੋ ਉਹ ਜਦੋਂ ਮਰਤੀ ਹੋ ਜਾਏ ਉਹਨੂੰ ਕੋਈ ਪਹਿਲਾਂ ਪ੍ਰਡਿਕਟ ਨਹੀਂ ਕੀਤਾ ਜਾ ਸਕਦਾ ਕਿਸ ਫਾਰਮ ਵਿੱਚ ਹੋਊ। ਉਦੋਂ ਫਿਰ ਤੁਸੀਂ ਦਿਨਾਂ 'ਚ ਫਰਕ ਪੈਂਦਾ ਵੀ ਦੇਖੋ। ਜਿਵੇਂ ਗਿੱਧੜਾਂ ਤੋਂ ਸ਼ੇਰ ਬਣਨਗੇ, ਨਿਗਰੇ ਹੋਏ ਬੰਦੇ ਸੱਚੇ اخلاق ਤੇ ਮਾਲਕ ਵੀ ਬਣਨਗੇ। ਪਰ ਉਹ ਕੋਈ ਹੋਵੇ ਜਗਾਉਣ ਵਾਲਾ ਅੰਦਰ। ਰੂਹਾਨੀ ਪ੍ਰੇਰਣਾ ਉਹ ਲੈਕਚਰਾਂ ਨਾਲ ਨਹੀਂ। ਉਹ ਕਿਤਾਬਾਂ ਨਾਲ ਨਹੀਂ। ਸੋ ਇਹ ਇੱਕ ਜਿਹੜਾ ਸਾਰਾ ਸੰਤਾਪ ਮਤਲਬ ਦੁੱਖ ਵੀ ਹੁੰਦਾ ਵੀ ਗੁਰੂਆਂ ਦੀ ਬਰੋਸਾਈ ਧਰਤੀ ਤੇ ਬੰਦਾ ਇੰਨਾ ਵੀ ਨਿਗਰ ਸਕਦਾ ਧਰਮ ਦਾ ਕੀ ਬਣ ਗਿਆ ਤੁਸੀਂ ਜਿੰਨੀਆਂ ਸੰਸਥਾਵਾਂ ਸਾਡੀਆਂ ਧਰਮ ਦੀਆਂ ਤਖਤਾਂ ਦੇ ਜਥੇਦਾਰ ਤਖਤਾਂ ਦੀ ਮੈਨੇਜਮੈਂਟ ਸ਼੍ਰੋਮਣੀ ਕਮੇਟੀ ਅਕਾਲੀ ਦਲ ਚੀਪ ਖਾਲਸਾ ਦਵਾਨ ਜਿਹੜੀ ਕੇਂਦਰੀ ਸਿੰਘ ਜੋ ਮਰਜ਼ੀ ਜਿਹੜਾ ਇੰਸਟੀਚਿਊਟ ਇੱਕ ਤਾਂ ਖਰ ਜਾਤਵੰਦਰ ਇੰਸਟੀਚਿਊਸ਼ਨ ਲਈ ਜਦੋਂ ਕੋਈ ਹੁੰਦਾ ਨਾ ਥਾਟ ਕੇਂਦਰੀ ਸਿੰਘ ਸਭਾ ਤੇ ਆ ਕੇ ਰੁੱਕ ਗਏ ਤੁਸੀਂ ਨਹੀਂ ਮੋਖਾ ਵੀ ਕਾਨੂੰ ਸਾਰੇ ਹੀ ਹੈ ਕਿਸੇ ਮੋ ਉਹਨਾਂ ਨੇ ਤੁਹਾਨੂੰ ਨਿਸ਼ਾਨੇ ਤੇ ਵੀ ਲਿਆ ਉਹ ਤਾਂ ਲਈ ਜਾਣ ਮੈਂ ਹੁਣ ਇਹਨਾਂ ਚੀਜ਼ਾਂ ਤੋਂ ਸੱਚੀ ਮੁਕਤਾਂ ਮੈਂ ਬਹੁਤ ਐਂ ਤਾਂ ਫਿਰ ਮੈਂ ਜਿਉਂ ਹੀ ਨਹੀਂ ਸਕਦਾ ਸੀ ਕਿਉਂਕਿ ਬਾਈ ਨੇਚਰ ਮੈਂ ਸੈਂਸਿਟਿਵ ਆ ਤੇ ਸੈਲਫ ਰਿਸਪੈਕਟ ਵਾਲਾ ਵੀ ਆ ਹੈਨਾ ਮੱਠ ਨਹੀਂ ਤੂੰ ਵੀ ਵੈਰੀ ਫਰੈਂਡ ਮੈਂ ਡਿਸਟਰਬ ਹੁੰਦਾ ਤੇ ਤੁਮ ਨੂੰ ਇਹ ਪਤਾ ਹੋਇਆ ਜਿਹੜੇ ਬੰਦੇ ਬੋਲ ਰਹੇ ਨੇ ਉਹ ਕੀ ਨਫਲਾ ਪਰ ਚਾਰਾ ਕੋਈ ਨਹੀਂ ਜਾਂ ਤੁਸੀਂ ਛੱਡ ਜੋ ਵਿਛੜ ਡੋ ਹੁਣ ਬਸੇਰੀ ਉਮਰ ਇੰਨਾ ਕੁਛ ਕਰ ਲਿਆ ਹੁਣ ਮੈਂ ਕੀ ਟੇਕਾ ਲਿਆ ਹੋਇਆ ਪਰ ਆਇ ਨਹੀਂ ਹੁੰਦਾ ਇਹ ਕਿਸੇ ਦੇ ਵਾਸਤੇ ਨਹੀਂ ਕੋਈ ਕਰ ਰਿਹਾ ਹੁੰਦਾ ਉਹਦੇ ਅੰਦਰ ਕੁਝ ਜਾਗ ਗਿਆ ਤੇ ਜਿੰਨਾ ਚਿਰ ਉਹ ਰਹੂ ਬੁਝਦਾ ਨਹੀਂ ਤੇ ਕੱਲ ਨੂੰ ਮੈਂ ਨਹੀਂ ਗਾਰੰਟੀ ਕਰਦਾ ਮਤਲਬ ਮੈਂ ਬਿਲ ਹੋ ਸਕਦਾ ਬਿਲਕੁਲੀ ਨਿਕਰ ਜਾ ਦੇਖੇ ਨ ਬੰਦੇ ਤੁਸੀਂ ਕਿਹਾ ਕਿ ਆਪਾਂ ਗੱਲਾਂ ਕਰ ਰਹੇ ਸੀ ਕਿ ਜੇ ਮੇਰੀਆਂ ਕਿਤਾਬਾਂ ਦਾ ਕੋਈ ਉਸ ਲੈਵਲ ਦਾ ਹੁੰਦਾ ਜਿਵੇਂ ਤੁਸੀਂ ਦੋ ਵਿਵੀ ਸਿੱਖ ਰਾਜਨੀਤੀ ਲਿਖੀ ਕਿਸ ਵਿਦ ਰੋਲੀ ਪਾਸ਼ਾਹੀ ਲਿਖੀ ਹੋਰ ਕਿਤਾਬਾਂ ਲਿਖੀਆਂ ਜੇ ਕੋਈ ਉਸ ਲੈਵਲ ਦਾ ਕ੍ਰਿਟਿਕ ਆ ਕੇ ਮੇਰੇ ਤੇ ਗੱਲ ਕਰਦਾ ਮੇਰੇ ਨਾਲ ਰਿਹਾ ਜਿਹੜਾ ਮੈਨੂੰ ਜਾਣਦਾ ਹੁੰਦਾ ਪੋਲੀਟੀਕਲੀ ਥਾਟ ਦੇ ਤੌਰ ਤੇ ਜਾਂ ਉਸ ਦਾ ਮੈਂ ਇੱਕ ਅੰਗੇਜ ਹੋਣ ਨੂੰ ਤਿਆਰ ਸੀਗਾ। ਇੱਕ ਹਰ ਹੈਲਦੀ ਸੁਸਾਇਟੀ 'ਚ ਹੋਣਾ ਚਾਹੀਦਾ। ਇੱਕ ਵੱਖਰਾ ਥਾਟ ਕੋਈ ਲਿਆਇਆ। ਉੱਤੇ ਡਿਬੇਟ ਹੋਵੇ, ਹੈਲਦੀ ਡਿਬੇਟ। ਇਹ ਜਿਉਂਦੀ ਸੁਸਾਇਟੀ ਦੀ ਨਿਸ਼ਾਨੀ ਹੁੰਦੀ ਹੈ। ਜੇ ਸੁਸਾਇਟੀ 'ਚ ਡਿਬੇਟ ਨਹੀਂ ਹੋ ਰਹੀ ਤੇ ਭੰਡੀ ਪ੍ਰਚਾਰ ਹੀ ਹੋ ਰਿਹਾ ਬਸ। ਇਟ ਮੀਨਸ ਸੁਸਾਇਟੀ ਸਿਕ ਹੋ ਗਈ। ਤਾਂ ਜਿਹੜਾ ਤੁਹਾਡਾ ਤੁਹਾਨੂੰ ਲੱਗਦਾ ਭੰਡੀ ਪ੍ਰਚਾਰ ਹੋਇਆ ਉਹ ਲੈਫਟ 'ਚ ਹੀ ਹੋਇਆ ਜ਼ਿਆਦਾ। ਜੇ ਲੈਫਟ ਦਾ ਕੋਈ ਵੱਡਾ ਆਡਲੌਗ ਆ ਕੇ ਲਿਖਦਾ ਤੁਸੀਂ ਨਹੀਂ ਮੈਨੂੰ ਡੀਕ ਸੀਗੀ ਮੈਂ ਮੈਂ ਕਿਤੇ ਗੱਲ ਕੀਤੀ ਨਹੀਂ ਮੈਨੂੰ ਮੈਨੂੰ ਇਹ ਸੀ ਵੀ ਹੁਣ ਜਦੋਂ ਮੈਂ ਕਿਤਾਬ ਲਿਖਤੀ ਹੈਨਾ ਮੇਰਾ ਕਿਤਾਬ ਦਾ ਵੀ ਕੋਈ ਐਕਸਪੀਰੀਅੰਸ ਨਹੀਂ ਚਲੋ ਕਿਵੇਂ ਲਿਖੀਗੀ ਚਲੋ ਪਰ ਉਹ ਚਲੋ ਬੰਦਿਆਂ ਨੂੰ ਲੱਗੀ ਵੀ ਯਾਰ ਬੜਾ ਸਾਰਾ ਇੱਕ ਲੌਜੀਕਲੀ ਕੇਸ ਪੁੱਟ ਹੋ ਗਿਆ ਸਿੱਖਾਂ ਦਾ ਹੁਣ ਹੈਨਾ ਤੇ ਮੈਨੂੰ ਇਹ ਸੀ ਵੀ ਇਹ ਤੇ ਹੁਣ ਬੋਲਣਗੇ ਬੰਦੇ ਉਹਨੂੰ ਤਾਂ ਮੈਨੂੰ ਪਤਾ ਲੈਫਟ ਦਾ ਸੁਭਾਅ ਦਾ ਸਾਰੇ ਉਹਨਾਂ ਦੇ ਕਲਚਰ ਦਾ ਪਤਾ ਵੀ ਉਹ ਗਾਲਾਂ ਤਾਂ ਦੇਣਗੇ ਭੰਡੀ ਪ੍ਰਚਾਰ ਵੀ ਕਰਨਗੇ ਹੈ ਬਗਦਾਰ ਹੋ ਗਿਆ ਜੇ ਹੋ ਗਿਆ ਭਗੌੜਾ ਹੋ ਗਿਆ ਤਾਂ ਉਹਨੂੰ ਜਹੇਦਾਰ ਬਣ ਗਿਆ ਇੱਕ ਤਾਂ ਇਹ ਕਹਿੰਦੇ ਜਦੋਂ ਇਹ ਵੀ ਉਹ ਤਾਂ ਹੁਣ ਜਹੇਦਾਰ ਬਣ ਗਿਆ ਜਿਵੇਂ ਸਮੱਗਲਰ ਬਣ ਗਿਆ ਹੁੰਦਾ ਇਹ ਜਹੇਦਾਰ ਰਿਸਪੈਕਟੇਬਲ ਸ਼ਬਦ ਹੁੰਦਾ ਹੁਣ ਤਾਂ ਜੀ ਕਹਿੰਦੇ ਅਮਰਤੀ ਸ਼ਾਕਲ ਉਹ ਤਾਂ ਗਾਤਰੇ ਹੀ ਪਾਲਿਆ ਜਿਵੇਂ ਬਹੁਤ ਪਾਪ ਕਰਦਾ ਹੁੰਦਾ ਬਸ ਤੂੰ ਦੇਖ ਪੱਦਰ ਬੰਦੇ ਆ ਦੇਖ ਦੇ ਕਿਵੇਂ ਆ ਸੋ ਮੈਨੂੰ ਦੋ ਬੰਦਿਆਂ ਤੇ ਸੀ ਵੀ ਜੇ ਦੋ ਬੰਦੇ ਬੋਲਣਗੇ ਨਾ ਲਿਖਣਗੇ ਕੁਝ ਇੱਕ ਪ੍ਰੋਫੈਸਰ ਹਰਪਾਜਨ ਸੋਹੀ ਇੱਕ ਦਰਸ਼ਕੜੜ ਕੜਕੜ ਵਿਦਿਆਨਾਈ ਬਲੰਗੇਸ ਚਲੋ ਸੁਆਦ ਆਉ ਮਲ ਚੰਗੀ ਗੱਲ ਹੋ ਪਰ ਉਹ ਤਾਂ ਦੋ ਮਾਚੋਂ ਕੋਈ ਵੀ ਨਹੀਂ ਬੋਲੇ ਜਸਤ ਵਿਚ ਡੋਪਰੇ ਆਪਾਈ ਕਰਨਾ ਤੇ ਬੋਲੇ ਕੀ ਬੰਦੇ ਜਿਹੜੇ ਬੋਲੇ ਉਹਨਾਂ ਦਾ ਹੁਣ ਮੈਂ ਜਵਾਬ ਦੇਵਾਂ ਦੋਵੇਂ ਤੁਹਾਡੇ ਨਾਲ ਰਹੇ ਨੇ ਮੂਮੈਂਟ ਚ ਹਾਂ ਖੜਕੜ ਵੀ ਤੇ ਸੋਹੀ ਕੱਲੇ ਨਾਲ ਨਹੀਂ ਰਹੇ ਬਹੁਤ ਚੰਗਾ ਰਿਲੇਸ਼ਨਸ਼ਿਪ ਖੜਕੜ ਨਾਲ ਤਾਂ ਮੇਰਾ ਬਹੁਤ ਪਿਆਰ ਵਾਲਾ ਰਿਸ਼ਤਾ ਉਹ ਤਾਂ ਖਰਾਜ ਦੀ ਵੀ ਆ ਮੈਨੂੰ ਸਭ ਕੁਝ ਦੇ ਬਾਵਜੂਦ ਕਈ ਰਿਸ਼ਤੇ ਹੁੰਦੇ ਆ ਇਹ ਜੀ ਬੜੇ ਵੱਡੇ ਤਣਾਅ ਵੀ ਚੱਲ ਜਾਂਦੇ ਆ ਇੱਕ ਹਲਵਾਰ ਵੀ ਸੀ ਉਹਦਾਂ ਮੇਰੇ ਬਹੁਤ ਵਿਰੋਧ ਆਇਆ ਬੋਲਚਾਲ ਵੀ ਬੰਦ ਹੋਈ ਤੂੰ ਤੂੰ ਮੈਂ ਮੈਂ ਵੀ ਹੋਈ ਪਰ ਰਿਸ਼ਤੇ ਤਾਂ ਪਰਖ ਉੱਥੇ ਹੁੰਦੀ ਆ ਜਦੋਂ ਤਣਾਅ ਚੱਲੇ ਕਈਆਂ ਨਾਲ ਇੰਨੇ ਮਨੂਮਾਨ ਸੀ ਰਿਸ਼ਤਿਆਂ ਦਾ ਇੱਕ ਤਣਾਅ ਆ ਬਸ ਥੜਾ ਇਹ ਵੀ ਸਖੰਦ ਮਸਿੱਖ ਹੈ ਉਹ ਬ੍ਰਿਸ਼ਟ ਦੀ ਗਹਿਰਾਈ ਨੂੰ ਸਮਝੋ ਨਾਲ ਰਹਿੰਦੇ ਬੰਦੇ ਵੀ ਕਈ ਵਾਰ ਸਾਥ ਕੱਟ ਡੂੰਗਾ ਹੁੰਦਾ ਹੈ ਸੋਹੀਨਾਲ ਨੇ ਸੋਹੀਨਾਲ ਮੈਨੂੰ ਨਫ਼ਰਤ ਨਹੀਂ ਹੋਈ ਇਹ ਸਾਡੇ ਬੰਦਿਆਂ ਤੋਂ ਬਹੁਤ ਪੜਾ ਕਿਉਂਕਿ ਸਾਡੇ ਹੁਣ ਇੱਥੇ ਵੀ ਜੇ ਨਫ਼ਰਤ ਨਹੀਂ ਨਾ ਫਿਰ ਕੀ ਸਾਡਾ ਵਿਰੋਧ ਹੋਇਆ ਸੱਚੀ ਮੈਨੂੰ ਅੱਜ ਵੀ ਜਦੋਂ ਉਹ ਮਰਿਆ ਮੈਨੂੰ ਅਫਸੋਸ ਹੋਇਆ ਤੇ ਮੈਂ ਉੱਥੇ ਬੋਲਣਾ ਚਾਹੁੰਦਾ ਸੀ ਪਰ ਉਹ ਤਾਂ ਉੱਥੇ ਬੋਲੀ ਮੇਰੇ ਬਾਰੇ ਕੋ ਕਿ ਮੈਂ ਮੈਨ ਮੈ ਸੁਪੀਰ ਹੈਡ ਕੀਤੀ ਉਹ ਤੇ ਅਟੈਕ ਹਾਲਾਂਕਿ ਉਹ ਦਿਨ ਮੇਰਾ ਬਹੁਤ ਠੀਕ ਉਹਦਾ ਹੀ ਮੇਰੇ ਨਾਲ ਬਹੁਤ ਪਿਆਰ ਪਿਆਰ ਕਹਿ ਲੋ ਜਾਂ ਕੁਛ ਮੇਰੇ ਨਾਲ ਠੀਕ ਸੀ ਉਹਦਾ ਬਹੁਤ ਜਿੱਦੇ ਅਸੀਂ ਅੱਟ ਵੀ ਹੋਏ ਆ ਉਹਦੇ ਵੀ ਉਹਨੇ ਮੈਨੂੰ ਬਹੁਤ ਪਿਆਰ ਨਾਲ ਇੱਕ ਗੱਲ ਕਹੀ ਸੀ ਇਹ ਬਹੁਤ ਔਖਾ ਹੁੰਦਾ ਹੈ ਨਿਕੜਤਣ ਦੇ ਵਿੱਚੋਂ ਇਸ ਤਰ੍ਹਾਂ ਕਰ ਜਾਣਾ ਇਹ ਤੂੰ ਅੱਟ ਤਾਂ ਹੋ ਰਿਹਾ ਹੈ ਪਰ ਜਿਹੜੇ ਤੇਰੇ ਨਾਲ ਬੰਦੇ ਜਾ ਰਹੇ ਨਾ ਤੈਨੂੰ ਮੈਂ ਸਮਝਦਾ ਤੂੰ ਕਿਉਂ ਜਾ ਰਹੇ ਤੂੰ ਇਹ ਪੋਜੀਸ਼ਨਾਂ ਦਿਲੋਂ ਲੈ ਰਹੇ ਐ ਇਹ ਬੰਦੇ ਕੋਈ ਨਹੀਂ ਉਹਨਾਂ ਤੇ ਖੜਨ ਵਾਲੇ ਕੋਈ ਤੋਪਾ ਐ ਨਹੀਂ ਵੀ ਕੋਈ ਵੀ ਨਹੀਂ ਪਰ ਇਹਨਾਂ ਤੋਂ ਮжоਰਿਟੀ ਦੂਜੀ ਜੱਦੀ ਤੇ ਮੇਰੇ ਸਿਰਫ ਜਾਤੀ ਰਾਂਝੇ ਸੈਂ ਇਹ ਇਹ ਜੋ ਮੈਂ ਤੂੰ ਮੇਰੇ ਨਾਲ ਜਾ ਕਰਕੇ ਗਏ ਤੇਰੇ ਨਾਲ ਹੋਣੀ ਐ ਉਦੋਂ 2 ਮਹੀਨਿਆਂ ਬਾਅਦ ਹੀ ਪਤਾ ਲੱਗਿਆ ਸੀ ਵੀ ਉਹਨਾਂ ਪੋਜੀਸ਼ਨਾਂ ਤੇ ਦੋ ਚੱਲਣਾ ਚਾਹੁੰਦੇ ਹੀ ਨਹੀਂ ਤਾਂ ਜਸਟ ਉਹਨੂੰ ਪ੍ਰੋਬਲਮ ਪਰ ਭਾਜਨ ਸੋਈ ਨਾਲ ਸੀ ਮੈਂ ਉਹਦੇ ਖਿਲਾਫ ਵੀ ਲਿਖਿਆ ਮੈਨੂੰ ਹੁਣ ਥੋੜਾ ਜਿਹਾ ਮੈਂ ਸ਼ਰਮ ਵਿਚਾਰ ਵੀ ਆਂ ਕਈ ਵਾਰ ਪੱਧਰ ਵੀ ਨੀ ਮਾ ਵਰਤਿਆ ਹੁੰਦਾ ਉਹ ਇੱਕ ਫੇਜ਼ ਸੀਗੀ ਲਰਨ ਕਰਦਾ ਬੰਦਾ ਪਰ ਮੇਰੇ ਮਨ ਅੱਜ ਵੀ ਅਥੋੜੇ ਹੋਏ ਮਨਿਕਾ ਬੰਦਾ ਮਿਲਿਆ ਸੀ ਜਿਹੜਾ ਕਹਿੰਦਾ ਯਾਰ ਜੇ ਪੰਜਾਬ ਦੇ ਵੱਡੀਆਂ ਆਸਤੀਆਂ ਜਿਹੜੀਆਂ ਲੈਫਟ ਦੀਆਂ ਇਹ ਪੂਤ ਵੜਾ ਟਾਈਪ ਉਹਨਾਂ ਬਾਰੇ ਲਿਖਣਾ ਹੋਵੇਣਾ ਕਿ ਕਿਹਨੂੰ ਕਿਹਨੂੰ ਸ਼ਾਮਲ ਕਰਦਾ ਤੇ ਜਦੋਂ ਮੈਂ ਹਰਪਾਜਨ ਸੋਹੀ ਕਿਹਾ ਉਹ ਹੈਰਾਨ ਹੋ ਗਿਆ ਮੈਂ ਕਿਹਾ ਨਹੀਂ ਯਾਰ ਉਹਦਾ ਉਹਦਾ ਕੈਲੀਬਰ ਸੀਗਾ ਨਾ ਡਾਕਟਰ ਗੁਰਪਾਖ ਸਿੰਘ ਨੂੰ ਕੱਚਾ ਮੈਂ ਯਾਰ ਇੰਨਾ ਸ਼ਾਰਪ ਬ੍ਰੇਨ ਉਹ ਕੁਝ ਵੀ ਕੰਟਰੀਬਿਊਟ ਨਹੀਂ ਕਰ ਸਕਿਆ ਗੱਲ ਕੀ ਹੋ ਗਈ ਉਹਦੀ ਕੋਈ ਗੱਲ ਮੈਨੂੰ ਯਾਦ ਹੋਵੇ ਨਾ ਵੀ ਕੋਈ ਕੰਟਰੀਬਿਊਟ ਕਰ ਗਿਆ ਕੁਝ ਲੈ ਕੇ ਆਇਆ ਜਾ ਜਿਹੜਾ ਯਾਦਗਾਰੀ ਬਣ ਗਿਆ ਇੱਕ ਵੀ ਕੋਈ ਗੱਲ ਨਹੀਂ ਜੀ ਹੋਵੇ ਇਹ ਪਾਣਾ ਕੀ ਵਾਪਰ ਗਿਆ ਉਹਨੇ ਇੱਕ ਸੈਂਟੈਂਸ ਚ ਗੱਲ ਨਵੇੜਦੀ ਕਹਿੰਦਾ ਹਰ ਭਾਜਨ ਕਦੇ ਵੀ origignal ਥਿੰਕ ਕਰਨੀ ਸੀ ਉਹ ਲਿਖੇ ਹੁੰਦੀ ਬਹੁਤ ਸੋਹਣੀ ਵਿਆਖਿਆ ਕਰਦਾ ਉਹ ਉਹ ਤੋਂ ਪਾਸੇ हट ਕੇ ਕੁਝ ਸੋਚ सके ਇਹ ਉਹਦੇ ਚੈ ਨਹੀਂ ਸੀ ਸੋ ਜਿਹੜਾ ਆ ਹੈ ਨਾ origignal ਥਿੰਕਿੰਗ ਦੀ ਘਾਟ ਇਹ ਕਿਸੇ ਪਾਸੇ ਵੀ ਇਹ ਤੂਪਣਾਉ ਦੀ ਮੀਨਟਾਰ ਨਹੀਂ ਹੋਣੀ ਜਿਹੜੀਆਂ ਚੀਜ਼ਾਂ ਰੱਦ ਹੋ ਚੁੱਕੀਆਂ ਐ ਤੁਸੀਂ ਉਹਨਾਂ ਤੇ ਖੜੇ ਹੋ ਕਿਉਂਕਿ ਲੱਗਦਾ ਵੀ ਜੇ ਛੱਡਤੀਆਂ ਫਿਰ ਤੱਕ ਗਏ ਇਟ ਮੀਨਸ ਤੁਹਾਡੇ ਕੋਲੇ ਕੁਛ ਐ ਨਹੀਂ origignal ਥਿੰਕਿੰਗ ਨਹੀਂ ਤੂੰ ਸੋਚ ਸਕਦਾ ਜਰ ਹਰ ਭਾਈ ਸੋਹੀ ਦੀ ਪਾਰਟੀ ਕੋਲੇ ਕੁਛ ਨਹੀਂ ਐ ਜौनਾਂ ਦੀਆਂ ਜਥੇਬੰਦੀਆਂ ਕੋਲੇ ਕੀ ਐ ਇੱਕ ਚੀਜ਼ ਦਿਖਾ ਦੇਣ ਪੰਜਾਬ ਬਾਰੇ ਮੈਨੂੰ ਮੈਨੂੰ ਤਾਂ ਇਹ ਹੁੰਦਾ ਅਫਸੋਸ ਵੀ ਜੋ ਮੈਨੂੰ ਕੰਮ ਕਰਨਾ ਪਿਆ ਇਹ ਕੰਮ ਸੋਹੀ ਦਾ ਸੀ ਇਹ ਪੱਧਰ ਉਹਦਾ ਸੀ ਤੇ ਮੇਰੇ ਨਾਲ ਉਹ 10 ਗੁਣਾ ਵੱਧ ਉਹਨੇ ਕਰਨਾ ਸੀ ਬਿਹਤਰ ਜੇ ਉਹਦਾ ਹੱਟ ਟੁੱਟਿਆ ਹੁੰਦਾ ਕਿਤੇ ਉਹ ਨਾ ਸ਼ਾਰਪ ਸੀ ਟੁੱਟਿਆ ਕੀ ਮਤਲਬ ਇਮੋਸ਼ਨਲ ਬ੍ਰੇਕਡਾਊਨ ਹੋ ਜਾਂਦਾ ਜੇ ਕਿਤੇ ਇਮੋਸ਼ਨਲ ਨਹੀਂ ਉਹ ਫਰੇਮ ਚੋਂ ਬਾਹਰ ਨਿਕਲਦਾ ਉਹ ਉਹ ਬੰਦੇ ਨੂੰ ਮਾਰ ਦਿੰਦਾ ਉਹ ਫਰੇਮ ਤੁਸੀਂ ਇਮੋਸ਼ਨਲੀ ਬ੍ਰੇਕ ਹੋ ਕੇ ਗਏ ਨਾ ਧਰਮਾਲੇ ਪਾਸੇ ਜਾਂ ਲਹਿਰ ਵਾਲੇ ਪਾਸੇ ਨਾ ਮੋਸ਼ਨ ਮੈਂ ਜਿਹੜਾ ਲੈਫਟ ਤੋਂ ਵੱਧ ਜਨ ਹੋਇਆ ਉਹ ਹੁਣ ਲੋਕਾਂ ਨੂੰ ਪਤਾ ਹੀ ਨਾ ਹੁੰਦਾ ਅੰਦਰ ਕੀ ਚੱਲਿਆ ਕਦੋਂ ਦਾ ਚੱਲਿਆ ਕਿੰਨਾ ਲੰਮਾ ਪ੍ਰੋਸੈਸ ਚੱਲਿਆ ਮੈਂ ਤਾਂ ਉਹ ਥਾਟ ਤੋਂ ਹੋਇਆ ਇਹ ਠੀਕ ਹੈ ਉਹ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਉਹ ਉਹ ਮੇਰੇ ਵਾਸਤੇ ਮੋਸ਼ਨ ਪਾਲ ਸੀ ਉਹ ਹਰ ਸਿੱਖ ਵਾਸਤੇ ਸੀਗੇ ਉਹ ਟ੍ਰਿਗਰ ਕਰ ਉਹਨੇ ਇੱਕਦਮ ਮਤਲਬ ਉਹਦਾ ਕੈਟਲਿਸਟ ਦਾ ਕੰਮ ਕੀਤਾ ਮੇਰਾ ਚੱਲਦਾ ਰਹੀ ਸੀਗਾ ਬਟ ਟੁੱਟ ਤਾਂ ਚੁੱਕੀ ਸੀਗਾ ਪਰ ਮੈਂ ਟੁੱਟਿਆ ਸੀ ਥਾਟ ਦੀ ਲੈਵਲ ਜੇਰਾ ਨੈਸ਼ਨਲ ਕੁਐਸਚਨ ਬਾਰੇ ਉਹਨਾਂ ਦੀ ਸਮਝ ਆ ਨਾ ਉਹ ਮੈਨੂੰ ਬਹੁਤ ਹੀ ਫਲਾਟ ਹੈयो ਮਾਰਕਸ ਜੁਨਤਾ ਮਤਲਬ ਉਹ ਪ੍ਰੋ ਨੈਸ਼ਨਲ ਉਹ ਹੈ ਹੀ ਨਹੀਂ ਪਰ ਮਾਰਕਸ ਨੇ ਕੀ ਕਿਹਾ ਮਤਲਬ ਇਹ ਤਾਂ ਖਤਮ ਹੋਣੀ ਚਾਹੀਦੀ ਉਹਨਾਂ ਦਾ ਹੈ ਇਸੀ ਵੱਡੀ ਇੱਕ ਬੜੀ ਚੀਜ਼ ਇੱਕ ਇੱਕ ਹੋਏ ਬਸ ਵੱਡੀ ਇਕਨੋਮਿਕ ਪ੍ਰੋਡਕਸ਼ਨ ਵੀ ਲਾਰਸ ਕੇ ਤੇ ਸੈਂਟਰਲਾਈਜ਼ਡ ਸਟੇਟ ਵੀ ਸੈਂਟਰਲਾਈਜ਼ਡ ਪਾਰਟੀ ਵੀ ਸੈਂਟਰਲਾਈਜ਼ਡ ਜਿੱਥੇ ਸੈਂਟਰਲਾਈਜੇਸ਼ਨ ਆ ਉੱਥੇ ਡਾਇਵਰਸਿਟੀ ਤਾਂ ਸਰਵਾਈਵﾞﾞਿਓ ਨਹੀਂ ਸਕਦੀ ਉਹਨਾਂ ਦੀ ਸਾਰੀ ਥਰਸਟ ਤੁਸੀਂ ਮਾਰਕਸ ਦਾ ਥਾ ਆ ਹੁਣ ਤਾਂ ਇੱਕ ਹੈਗਾ ਵਾਕਰ ਕੋਨਰ ਨੇ ਮਤਲਬ ਜਾਂ ਕਿਮਲਕਾ ਨੇ ਕਿਤਾਬ ਐਡਿਟ ਕੀਤੀ ਹੈ ਉਹਨੇ ਸਾਰਾ ਵੀ ਮਾਰਕਸ ਤੋਂ ਲੈ ਕੇ ਮਹਾਤਮਾ ਸਾਰੇ ਉਹਨਾਂ ਦਾ ਸਿਧਾਂਤ ਇਕੱਲੇ ਇਕੱਲੇ ਦੀ ਚੀਰ-ਪਾੜ ਕੀਤੀ ਹੈ ਨੇਸ਼ਨ ਬਾਰੇ ਉਹਨਾਂ ਦੀ ਸਮਝ ਕੀ ਹੈ ਉਹਨਾਂ ਮੁਤਾਬਕ ਤਾਂ ਪੰਜਾਬੀ ਕੌਮ ਬਣੀ ਬਣਦੀ ਮਾਰਕਸ ਮੁਤਾਬਕ ਕਿਉਂਕਿ ਉਹਨਾਂ ਦਾ ਇਹ ਹੈ ਵੀ ਜਿਹੜੀ ਨੇਸ਼ਨ ਆ ਇਹ ਪ੍ਰੋਗਰੈਸਿਵ ਡਵੈਲਪਮੈਂਟ ਨੇਸ਼ਨ ਦਾ ਬਣਨਾ ਇਹਦੇ ਨਾਲ ਕੈਪਟਲਿਜ਼ਮ ਗਰੋ ਕਰਦਾ ਤੇ ਹਰ ਨੇਸ਼ਨ ਦਾ ਜਿਹੜਾ ਹੈਗਾ ਆਪਣੀ ਨੇਸ਼ਨ ਸਟੇਟ ਸਿਰਜਣ ਦੀ ਉਹ ਚ ਹੈਗੀ ਰੁਝਾਨ ਤੇ ਉੱਥੇ ਜਾ ਕੇ ਉਹ ਕਲਮਿਲੇਟ ਹੁੰਦੀ ਹੈ ਤਾਂ ਉਹ ਬਣਦੀ ਕਿ ਹੀ ਕਾਰਨ ਕਿ ਬਾਅਦ ਚ ਮਾਰਕਸ ਦੇ ਅੰਦਰ ਵੀ ਨਵੇਂ ਮਾਰਕਸਿਸਟ ਪੈਦਾ ਹੋ ਗਏ ਮਾਰਕਸ ਦੇ ਅੰਦਰ ਬੜੀਆਂ ਚੀਜ਼ਾਂ ਲਿਮਿਟੇਸ਼ਨ ਜਰਮ ਪਾਉਣ ਤੋਂ ਪਹਿਲਾਂ ਹੀ ਸਮਝ ਆ ਗਈਆਂ ਸੀ ਹਨ ਉਸ ਮੌਕੇ ਬੰਦਿਆਂ ਨੂੰ ਜਦੋਂ ਤੁਹਾਡੀ ਪਾਵਰ ਆ ਗਈ ਨਾ ਹੱਥ 'ਚ ਕਈ ਵਾਰ ਪਹਿਲਾਂ ਨਹੀਂ ਪਤਾ ਲੱਗਦਾ ਜਦੋਂ ਪਾਵਰ ਹੱਥ 'ਚ ਆਈ ਉਦੋਂ ਕੀ ਕੀਤਾ ਦੱਸ ਤਾ ਉਦੋਂ ਹੀ ਹੋਣਾ ਨਾ ਬੰਦੇ ਇਹ ਹੁਣ ਤੁਸੀਂ ਦੇਖ ਲਓ ਮਤਲਬ ਪੌਲਪੌਟ ਵਰਗੇ ਨੇ ਜਿਹੜੀ ਕਿਸੇ ਨੇ ਵੀ ਜਰ ਸਿੱਖਾਂ ਕੋਲ ਤਾਂ ਇੱਕ ਉਦਾਹਰਨ ਹੈਗੀ ਮਰਿਆ ਰੰਜੀਤ ਸਿੰਘ ਪਾਵਰ ਵੀ ਹੈ ਪਰ ਉਹਦੀ ਕਿਤੇ ਵੀ ਦੁਰਵਰਤ ਨਹੀਂ ਇਹਨਾਂ ਦੇ ਇੱਕ ਵੀ ਉਦਾਹਰਨ ਨਹੀਂ ਝੂਠ ਐ ਨਾ ਬੋਲਿਆ ਮੈਂ ਤਾਂ ਆਪ ਹੈਰਾਨ ਹੋਇਆ ਵੀ ਅਸੀਂ ਕੀ ਬਲੀਵ ਕਰਦੇ ਰਹੇ ਐਕਚੁਅਲੀ ਗੱਲਾਂ ਕਿਵੇਂ ਵਾਪਰੀਆਂ ਬੰਤੇ ਦਾ ਜੋ ਕਾਣ ਇਹਨਾਂ ਸਮਾਜਾਂ ਚ ਹੋਇਆ ਹੈ ਬੰਦੇ ਦਾ ਪਾਰਟੀ ਦੇ ਅੰਦਰ ਯਾਰ ਬੰਦਾ ਕੀ ਰਹਿ ਜਾਂਦਾ ਪੁਰਜਾ ਬਣਦਾ ਬਸ ਬੰਦੇ ਦੀ ਕੋਈ ਹਸਤੀ ਤਾਂ ਰਹਿੰਦੀ ਨਹੀਂ ਹੁੰਦੀ ਜਸਟ ਇੱਕ ਪੁਰਜਾ ਆਹੀ ਮੈਂ ਜਿਹੜੀ ਗੱਲ ਮੁੱਢ 'ਚ ਕੀਤੀ ਸੀ ਨਾ ਵੀ ਗੁਰੂਆਂ ਦਾ ਇਹ ਸੀ ਵੀ ਬੰਦਾ ਯਾਰ ਬੰਦੇ ਦਾ ਗੁਲਾਮ ਹੋ ਜਾਏ ਗੁਲਾਮ ਇੱਕੋ ਤਾਂ ਹੈ ਬਸ ਇਸ ਸਪਿਰਟ ਹੋਰ ਦੁਨੀਆ 'ਚ ਕਿਤੇ ਹੈ ਹੀ ਨਹੀਂ ਰਾਹ ਸਾਰੇ ਸਿਰ 'ਚ ਲੈਣਗੇ ਉਹ ਤਾਂ ਕੁਦਰਤੀ ਆ ਰਾਜੇ ਤਾਂ ਥੈਟ ਵੀ ਉਹ ਤਾਂ ਸੈਲਫ ਇੰਟਰਸਟ ਤੋਂ ਵੀ ਨਿਕਲਦਾ ਕਲੈਕਟਿਵ ਸੈਲਫ ਇੰਟਰਸਟ ਇੱਥੇ ਐ ਵੀ ਨਹੀਂ ਰਾਜ ਕਰਕੇ ਵੀ ਰਾਜ ਤੋਂ ਮੁਕ ਉਹ ਚਾਹਨਾ ਤੋਂ ਉਹ ਤੋਂ ਮੁਕਤ ਹੋ ਤੁਸੀਂ ਜਿਵੇਂ ਤੁਸੀਂ ਕਿਹਾ ਕਿ ਨਕਸਲਵਾੜੇ ਮੂਵਮੈਂਟ ਵੇਲੇ ਵੀ ਤੁਹਾਨੂੰ ਲੱਗ ਜਾਂ ਤੁਹਾਨੂੰ ਲੱਗਦਾ ਹੈ ਬਹੁਤ ਸਾਰੀਆਂ ਗਲਤੀਆਂ ਤੁਹਾਨੂੰ ਲੱਗਦਾ ਹੈ ਹਾਲਾਂਕਿ ਤੁਸੀਂ ਧਿਰ ਨਹੀਂ ਸੀ ਕੋਈ ਕਿਸਾਨ ਅੰਦੋਲਨ ਚ ਪਰ ਇੱਕ ਬਹੁਤ ਵੱਡਾ ਮਾਹੌਲ ਸੀ ਉੱਥੇ ਤੁਹਾਨੂੰ ਮੰਨੇਗਾ ਤੁਸੀਂ ਫੀਡ ਕਰ ਰਹੇ ਸੀ ਤੇ ਹੁਣ ਮੇਰਾ ਇੱਕ ਸਵਾਲ ਪੂਰਾ ਹੋ ਜਾਂਦਾ ਤੁਹਾਨੂੰ ਕੋਈ ਉਸ ਪੂਰੀ ਮੂਵਮੈਂਟ ਜੋ ਕੁਝ ਕਿਸਾਨ ਅੰਦੋਲਨ ਚ ਹੋਇਆ ਜੋ ਡਿਫਰੈਂਸ ਹੋਏ ਜੋ ਲੈਫਟ ਵਰਸਸ ਸਿੱਖ ਹੋ ਗਿਆ ਕਾਮਰਡ ਵਰਸਸ ਸਿੱਖ ਜਾਂ ਬਹੁਤ ਸਾਰਾ ਕੁਝ ਹੋਇਆ ਉਤੇ ਕੋਈ ਤੁਹਾਨੂੰ ਦੁੱਖ ਹੈ ਜਾਂ ਤੁਹਾਨੂੰ ਲੱਗਦਾ ਇਹ ਤਾਂ ਹੋਣਾ ਹੀ ਸੀਗਾ ਇਹ ਤਾਂ ਹੁੰਦਾ ਹੀ ਹੁੰਦਾ ਨਹੀਂ ਉਹ ਤਾਂ ਮੇਰਾ ਹੈ ਵੀ ਇਹ ਇਨੈਵਿਟੇਬਲ ਸੀ ਇਨ ਸੈਂਸ ਪਰ ਮੇਰੀ ਇੱਕ ਖੁਸ਼ ਫਹਿਮੀ ਸੀ ਵਿਚਫੁਲ ਥਿੰਕਿੰਗ ਮੈਨੂੰ ਇਹ ਲੱਗਦਾ ਸੀ ਸਮੇਂ ਨਾਲ ਬੰਦਿਆਂ ਦਾ ਫਰਕ ਕਿਉਂ ਮੇਰੇ 'ਚ ਪਿਆ ਪੈ ਜਾਂਦਾ ਹੁੰਦਾ ਕਈ ਵਾਰ ਤੁਸੀਂ ਥੌਟ ਦੇ ਲੈਵਲ ਤੇ ਨਹੀਂ ਤੁਹਾਨੂੰ ਮੂਵਮੈਂਟ ਹੀ ਮੈਨੂੰ ਇਹ ਲੱਗਦਾ ਸੀ ਜਦਵਿੰਦਰ ਉੱਥੇ ਜੋ ਮਾਹੌਲ ਬਣਿਆ ਨਾ ਉਹ ਇੰਨਾ ਪਵਿੱਤਰ ਤਾਲਾ ਮਾਹੌਲ ਹੈ ਜਦੋਂ ਬੰਦੇ ਪਰਿਵਾਰਾਂ ਨੂੰ ਯਾਰ ਜਿਵੇਂ ਤੀਰਥ ਯਾਤਰਾ ਤੇ ਨਹੀਂ ਲਿਆਉਂਦੇ ਜਿੱਥੇ ਆ ਸਿੱਧੂ ਮੂਸੇ ਵਾਲਾ ਕਹਿ ਰਿਹਾ ਵੀ ਯਾਰ ਪਤਾ ਨਹੀਂ ਕੀ ਬਾਕੀ ਥਾਵਾਂ ਤੇ ਕਿਸੇ ਦਾ ਮੋਢਾ ਵਿਚ ਵੱਜੇ ਅਗਲੇ ਖੈਬਰ ਖੈਬਰੀ ਦਾ ਇੱਥੇ ਕੋਈ ਮਾਇੰਡ ਹੀ ਨਹੀਂ ਹੁੰਦਾ ਬੰਦਾ ਇੱਕ ਵਾਰ ਟ੍ਰਾਂਸੈਂਡ ਕਰਦਾ ਸੀ ਕਿਤੇ ਉਹ ਮਹਾਲ ਸੀ ਮਹਾਲ ਤੇ ਬੱਤਰਤਾ ਸੀ ਮੈਨੂੰ ਐਸੀ ਬੰਦੇ ਬਾਦਲ ਜਾਣਗੇ ਉੱਥੇ ਬਹਿ ਕੇ ਸ਼ਾਸ਼ਾ ਐ ਸੋਚਣਾ ਐ ਕਰੀਏ ਐ ਕਰੀਏ ਇਹ ਨਹੀਂ ਗੱਲਾਂ ਹੋਣਗੀਆਂ ਤੇ ਮੈਂ ਕਈ ਇੰਟਰਵਿਊ ਦੇ ਵਿੱਚ ਉਗਰਾਹਾਂ ਬਾਰੇ ਬੜਾ ਪੋਜ਼ਿਟਿਵ ਬੋਲਿਆ ਉਹ ਮੈਨੂੰ ਇਧਰੋਂ ਵੀ ਗਾਲਾਂ ਪੈ ਗਈਆਂ ਤੇ ਉਹਨੇ ਤਾਂ ਕੁਛ ਵੀ ਨਹੀਂ ਦਿਖਾਇਆ ਮਤਲਬ ਮੈਨੂੰ ਦੁੱਖ ਹੋਇਆ ਮੈਨੂੰ ਉਗਰਾਹਾਂ ਦਾ ਬਹੁਤ ਦੁੱਖ ਹੋਇਆ ਯਾਰ ਬੰਦੇ ਦਾ ਕੀ ਬਣ ਗਿਆ ਮੈਂ ਤਾਂ ਦੇਖਿਆ ਹੋਇਆ ਮਸੇਥੋਂ ਮੈਨੂੰ ਲੱਗਦਾ ਕੋਈ ਵੀ ਆ ਜਿਹੜੀ ਜਥੇਬੰਦੀ ਹੈ ਕਿਉਂਕਿ ਬੰਦਾ ਉੱਥੇ ਬੰਦੇ ਦਾ ਗੁਲਾਮ ਹੈ ਤੇ ਗੁਲਾਮ ਬੰਦੇ ਨੇ ਕੀ ਕਰੋ ਕਰਨਾ ਉਹ ਤਾਂ ਜਥੇਬੰਦੀ ਤਾਂ ਫਿਰ ਬੰਦਿਆਂ ਦੇ ਕਹਾਣ ਕਰ ਦਿੰਦੀ ਹੈ ਕੋਈ ਵੀ ਜੋ ਸਪਿਰਚੁਅਲੀ ਤਬਿਕੰਡ ਜਾਂ ਮੋਟੀਵੇਟਿਡ ਨਹੀਂ ਬੰਦੀ ਕੋਈ ਤੁਹਾਨੂੰ ਵੀ ਤਾਂ ਐ ਕਹਿ ਸਕਦਾ ਜਿਵੇਂ ਇਹ ਤਾਂ ਬਹੁਤ ਵੱਡੇ ਪੱਧਰ ਤੇ ਕਿਹਾ ਗਿਆ ਕਿ ਦੀਪ ਨੂੰ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਦਿੰਨੇ ਹੋ ਜਾਂ ਉਹਨਾਂ ਦਾ ਥਾਟ ਦੇ ਲੈਵਲ ਤੇ ਤੁਸੀਂ ਉਹਦੇ ਨਾਲ ਚਰਚਾ ਚ ਰਹਨੇ ਹੋ ਨਹੀਂ ਨਹੀਂ ਮੇਰੀ ਗੱਲ ਤਾਂ ਸੁਣ ਲਓ ਹਾਂ ਕੀ ਤੁਹਾਨੂੰ ਲੱਗਦਾ ਕਿ ਕੋਈ ਕੋਈ ਮਤਲਬ ਇੱਕ ਤਾਂ ਤੁਸੀਂ ਆਪਦੇ ਲੈਵਲ ਦੇ ਉੱਤੇ ਕਹਿ ਰਹੇ ਹੋਗੇ ਦੀਪ ਦੀ ਪੂਰੀ ਪੋਲਿਟਿਕਸ ਨੂੰ ਕਿਵੇਂ ਦੇਖਦੇ ਹੋ ਧਰ ਨਹੀਂ ਤੁਸੀਂ ਨਹੀਂ ਦੀਪ ਇਜ਼ ਨੋ ਇਸ਼ੂ ਆਪਾਂ ਇੱਥੇ ਉਹਨੂੰ ਕਿਉਂ ਡਿਸਕਸ ਕਰੀਏ ਦੀਪ ਬਾਰੇ ਮੈਂ ਇੱਕੋ ਗੱਲ ਕਹਿ ਦਿੰਦਾ ਦੀਪ ਨੂੰ ਬਹੁਤ ਬੰਦੇ ਗਲਤ ਸਮਝ ਰਹੇ ਨੇ ਦੀਪ ਨੂੰ ਇਹ ਸਮਝ ਰਹੇ ਵੀ ਉਹਨੂੰ ਕੋਈ ਚਲਾ ਸਕਦਾ ਹੈ ਮੈਂ ਦੀਪ ਨਾਲ ਆਪਦੇ ਐਕਸਪੀਰੀਅੰਸ ਜੋ ਇਸ ਟੇਟੇ ਤੇ ਪਹੁੰਚਿਆ ਉਹ ਕਿਸ ਦਾ ਚਲਾਇਆ ਕਰਨੀ ਚੱਲੂ ਨਾ ਮੇਰਾ ਨਾ ਕਿਸੇ ਹੋਰ ਦਾ ਹੀ ਸੋ ਇੰਡੀਪੈਂਡੈਂਟ ਮਾਈਂਡਡ ਕਿਉਂਕਿ ਬੰਦੇ ਇਸ ਗੱਲ ਦੇ ਆਦੀ ਨਹੀਂ ਵੀ ਐ ਵੀ ਕੋਈ ਹੋ ਸਕਦਾ ਹਰ ਬੰਦਾ ਗੁਲਾਮ ਹੈ ਜਿਹੜਾ ਮੈਂ ਪਹਿਲਾਂ ਕਿਹਾ ਕੋਈ ਕਿਸੇ ਵਿਦਵਾਨ ਦਾ ਗੁਲਾਮ ਹੈ ਤੇ ਮੈਂ ਤਾਂ ਗੁਲਾਮ ਬਣਾਉਣੇ ਨਹੀਂ ਚਾਹੁੰਦਾ ਮੈਂ ਤਾਂ ਕੌਨਸ਼ੀਅਸ ਆ ਇਸ ਗੱਲ ਤੋਂ ਮੇਰੀਆਂ ਉਹ ਕਈ ਗੱਲਾਂ ਮੈਂ ਕਹੀਆਂ ਉਹਨੇ ਨਹੀਂ ਮੰਨੀਆਂ ਹੋਰ ਬੰਦਿਆਂ ਨੇ ਉਹਦੇ ਨਾਲ ਲਕੀਰ ਖੇਚ ਲਈ ਵੀ ਫਿਰ ਤੁਰਦਾ ਵਣਜੇ ਸਾਡੀ ਗੱਲ ਨਹੀਂ ਮੰਨਦੇ ਨਹੀਂ ਮੈਨੂੰ ਕੋਈ ਨਹੀਂ ਜਿੰਨੀਆਂ ਨੇ ਮੰਨ ਲਈ ਉਹ ਵੀ ਠੀਕ ਹੈ ਨਹੀਂ ਮੰਨੀ ਤਾਂ ਕੀ ਹੋ ਗਿਆ ਉਹਦੀ ਮਰਜ਼ੀ ਹੈ ਅਗਲੇ ਦੀ ਥੋੜਾ ਗੁਲਾਮ ਥੋੜਾ ਹੈ ਉਹ ਬਹੁਤ ਇੰਡੀਪੈਂਡੈਂਟ ਮਾਈਂਡਡ ਹੈ ਮੇਰੀ ਮੇਰੀ ਦੇਖੋ ਉੱਥੇ ਝਾਗ ਕੀ ਸੀ ਮੰਗ ਕੀ ਸੀ ਕਿਸਾਨ ਅੰਦੋਲਨ ਦੀ ਜਦੋਂ ਮੈਂ ਦੇਖਿਆ ਕਰੈਕਟਰ ਕੀ ਆਪਾਂ ਇੰਟਰਵਿਊ 'ਚ ਵੀ ਗੱਲ ਕੀਤੀ ਸੀ ਵੀ ਹੁਣ ਕਿਸਾਨ ਅੰਦੋਲਨ ਨਾ ਕੋ ਇਹਨੂੰ ਕੱਲਾ ਇਹ ਠੀਕ ਹੈ ਕਿ ਮੇਨ ਡਰਾਈਵਿੰਗ ਫੋਰਸ ਕਿਸਾਨ ਤੇ ਕਿਸਾਨ ਜਥੇਬੰਦੀਆਂ ਅਗਵਾਈ ਕਰ ਰਹੀਆਂ ਪਰ ਹੁਣ ਤੁਸੀਂ ਪਾਰਟਿਸਪੀਸ਼ਨ ਦੇਖੀਏ ਜਜ਼ਬਾ ਦੇਖੀਏ ਇਹ ਹੁਣ ਲੋਕਾਂ ਦਾ ਬਣ ਗਿਆ ਤੇ ਜਿਹਦਾ ਮਤਲਬ ਇਹ ਹੈ ਵੀ ਉਹਦੀ ਲੀਡਰਸ਼ਿਪ ਦੇ ਵਿੱਚ ਵੀ ਕੋਈ ਰਿਪਰੈਜ਼ੈਂਟੇਸ਼ਨ ਕਿਸੇ ਲੈਵਲ ਤੇ ਅਕਮੋਡੇਸ਼ਨ ਹੋ ਗਈ ਤੇ ਕੰਕ੍ਰੀਟਲੀ ਗੱਲ ਕਰਨੀ ਹੋਏ ਮੇਰੀ ਇਤੋਂ ਵੱਡੀ ਕੋਈ ਤਮੰਨਾ ਨਹੀਂ ਸੀ ਵੀ ਜਦੋਂ ਦਿੱਥੇ ਡਿਸੀਜਨ 메ਕਿੰਗ ਹੁੰਦਾ ਉਸ ਮੀਟਿੰਗ ਚ ਦੀਪ ਸਿੱਧੂ ਤੇ ਲੱਖਾ ਸਦਾਣਾ ਇਹ ਸ਼ਾਮਲ ਕਰ ਲੈਣੇ ਚਾਹੀਦੇ ਕੋਈ ਹਰ ਜਿਹੀ ਜਟੇਬੰਦੀਆਂ ਚ ਨਾ ਫਿੱਟ ਕਰੋ ਕਮੇਟੀ ਚ ਨਾ ਲਿਆਓ ਜਸਟ ਜਿੱਥੇ ਡਿਸੀਜਨ ਲਿਆ ਜਾਂਦੇ ਉਹਦਣਾ ਕੀ ਹੋ ਜਾਂਦਾ ਫਰਕ ਪੈਂਦਾ ਇਹ ਇਸ ਨਾਲ ਫਰਕ ਜਾਤਬੰਦ ਰੇ ਪੈਂਦਾ ਜਦੋਂ ਤੁਸੀਂ ਸਿਰਫ ਅਬ ਦੀ ਬੰਦਿਆਂ ਚ ਫੈਸਲੇ ਕਰ ਰਹੇ ਹੋ ਤੁਸੀਂ ਸਬਜੈਕਟਿਵ ਹੋ ਜਾਂਦੇ ਹੋ ਸੋ ਉਥੋਂ ਗਲਤ ਫੈਸਲੇ ਹੁੰਦੇ ਆ ਤੈਨੂੰ ਪਤਾ ਟੌੜਾ ਇੱਕ ਟੌੜਾ ਡਾਕਟਰ ਨੇ ਕਹਿੰਦੇ ਆ ਟੌੜਾ ਹਰ ਆਪਦੇ ਇੰਸਟੀਚਿਊਸ਼ਨ ਚ ਆਪਦਾ ਇੱਕ ਵਿਰੋਧੀ ਜ਼ਰੂਰ ਚੁਣ ਕੇ ਰੱਖਦਾ ਸੀ ਬਿਲਕੁਲ ਵਿਰੋਧੀ ਉਹਨੂੰ ਜਗ੍ਹਾ ਦਿੰਦਾ ਸੀ ਅਕਾਲੀ ਪਰੰਪਰਾ ਇਹ ਹੀ ਸੀ ਉੱਥੇ ਡਾਈਸੈਂਟ ਨੂੰ ਇਹ ਨਹੀਂ برداشت ਨਹੀਂ ਸੀ ਕੀਤਾ ਜਾਂਦਾ ਉਹ ਤਾਂ ਬਹੁਤ ਪ੍ਰਦਰਸ਼ਿਤ ਸੀਗਾ ਮੈਂ 1978 ਦੀ ਕਾਨਫਰੰਸ ਦੇਖਿਆ ਅਕਾਲੀ ਦਲ ਦੀ ਲੁਧਿਆਣੇ ਅ ਜਿੱਥੇ ਹੁਣ ਸਰਾਬਾ ਨਗਰ ਹੈ ਇੱਥੇ ਹੋਈ ਸੀਗੀ ਤੇ ਸਲਾਣਾ ਕਾਨਫਰੰਸ ਸੀ ਸਰਕਾਰ ਸੀ ਉਦੋਂ ਉਹਨਾਂ ਦੀ ਤੇ ਮੈਂ ਤਾਂ ਉਦੋਂ ਖਰਬਜ਼ਰਬ ਦੇ ਤੌਰ ਤੇ ਗਿਆ ਮੈਂ ਤਾਂ ਕਾਮਰੇਡ ਸੀ ਮੈਂ ਮੈਂ ਹੈਰਾਨ ਹੋ ਗਿਆ ਜਦੋਂ ਮੈਂ ਦੇਖਿਆ ਵੱਲੋਂ ਬੋਲਣ ਨੂੰ ਸਮਾਂ ਦੇ ਰਹੇ ਨੇ ਸੰਤ ਪਿੰਡਰਾ ਵਾਲੇ ਜਿਹੜੇ ਕਿੱਡੇ ਕ੍ਰਿਟਿਕ ਹੈ ਭਾਈ ਜਿਹੜੇ ਹੈਗੇ ਆਪਣੇ ਕਪੂਰ ਸਿੰਘ ਜੀ ਸਰਦਾਰ ਕਪੂਰ ਸਿੰਘ ਸਰਦਾਰ ਕਪੂਰ ਸਿੰਘ ਕੱਡੇ ਕ੍ਰਿਟਿਕ ਉਹ ਕਾਲੀਆਂ ਦੇ ਸਟੇਜ ਤੇ ਬੋਲੇ ਸ਼ਰੇਆਮ ਸੁਖਜਿੰਦਰ ਸਿੰਘ ਨੂੰ ਕੱਢਦਾ ਸੀ ਬਾਜ਼ਾਰਤ ਚੋਂ ਖਰੇ ਦੇ ਪਿਤਾ ਨੂੰ ਹਾਂ ਪਰ ਉਹਨਾਂ ਨੂੰ ਖੁੱਲਾ ਟਾਈਮ ਦਿੱਤਾ ਉੱਥੇ ਕੱਡੇ ਹੋਏ ਬੰਦੇ ਜਿਹੜਾ ਬਾਦਲ ਦਾ ਜਾਨੀ ਦੁਸ਼ਮਣ ਸੀ ਸਾਰੇ ਬੈਠੇ ਸੀ ਉੱਥੇ ਆ ਪਰੰਪਰਾਸੀ ਕੱਢੀ ਇਹ ਤਾਂ ਹੁਣ ਜਿਉਂ-ਜਿਉਂ ਮੋਨੋਪੋਲਾਈਜੇਸ਼ਨ ਸੈਂਟਰਲਾਈਜੇਸ਼ਨ ਪਰਸਨਲਾਈਜੇਸ਼ਨ ਬਣ ਗਈ ਪਾਵਰ ਦੀ ਉਹ ਪਰੰਪਰਾ ਖਤਮ ਹੋ ਗਈ ਹੁਣ ਤਾਂ ਉਹ ਸੋਸਾਇਟੀ ਦੀ ਬਰਦਾਸ਼ਤ ਨਹੀਂ ਹੋ ਰਿਹਾ ਡਾਈਸੈਂਟ ਜੋ ਮੈਨੂੰ ਪਤਾ ਨਹੀਂ ਕੀ ਕਹਿਰ ਚ ਲਜੂਗਾ ਜਿਹਨੇ ਆ ਗੱਲ ਕਹਤੀ ਤੇ ਜਿਹਨੂੰ ਅੱਜ ਹੀ ਨਾਮ ਆਸ ਲੈਣਾ ਬਸ ਬੰਦਾ ਬਹੁਤ ਕਮਜ਼ੋਰ ਤੇ ਡਰ ਗਿਆ ਵੱਡਾ ਆਸਰਾ ਕੋਈ ਨਹੀਂ ਉਹ ਬਾਲ ਸੇਫ ਜੇ ਰਹਿਣਾ ਚਾਹੁੰਦਾ ਆ ਆਪਣੇ ਸ਼ੈੱਲ ਜੇ ਚੀ ਹੈ ਨਾ ਕੰਫਰਟ ਜੋ ਹੋਣਾ ਹੈ ਨਾ ਸੋ ਜਥੇ ਬੰਦੀਆਂ ਤੋਂ ਮੈਨੂੰ ਇਹ ਉਮੀਦ ਸੀ ਗੇਨ ਨਿਕ ਜੇ ਇਹ ਓਪਨ ਅਪ ਹੋ ਜਾਂਦੇ ਨਿਕ ਸ਼ਾਇਦ ਕੁਝ ਗਲਤ ਡਿਸੀਜਨ ਨਾ ਲੈ ਜਾਂਦੇ ਇਹ ਤਾਂ ਪਤਾ ਨਾ ਡਿਸੀਜਨ ਤਾਂ ਗਲਤ ਹੋਏ ਨਾ ਕਿਤੇ ਤੁਸੀਂ ਲੀਡਰਾਂ ਨੂੰ ਯਾਰ ਐ ਕਿਉ ਬਣਾ ਲੈਣੇ ਉਹ ਵੀ ਉਹ ਤਾਂ ਕਿਤੇ ਗਲਤੀ ਕਰੂਗਾ ਹੀ ਨਹੀਂ ਇਹ ਹੋ ਸਕਦਾ ਕਿਤੇ ਅੱਡੇ ਦੇਵਤੇ ਬਣਾ ਲੋ ਵਿੱਚ ਤਾਂ ਕੋਈ ਨੁਕਸਾਨ ਹੋ ਹੀ ਨਹੀਂ ਪਰ ਉਹ ਤਾਂ ਸਭ ਤੋਂ ਵੱਡੀ ਲੋਚਨਾ ਹੀ ਕਰਦੇ ਕਿ 26 ਵਾਲੀ ਘਟਨਾ ਜਿਸ ਤਰੀਕੇ ਨਾਲ ਵਾਪਰੀ ਉਹਨੇ ਸਾਡਾ ਬਹੁਤ ਵੱਡਾ ਨੁਕਸਾਨ ਕਰਦਾ ਰਾਜ ਜ਼ਰੂਰੀ ਕੀਤਾ ਕੀਤਾ ਪਰ ਹੂ ਇਜ਼ ਰਿਸਪੌਂਸਿਬਲ ਫਾਰ ਇਟ ਇੰਨੀ ਮੋਬਿਲਾਇਜ਼ੇਸ਼ਨ ਕਿਹਨੇ ਕੀਤੀ ਸੱਦੇ ਕਿਨੇ ਦਿੱਤੇ ਮਾਹੌਲ ਕੀ ਦਿੱਤਾ ਉੱਤੇ ਉਸ ਪਿੱਛਾ ਸੁਣੋ ਲੋਕ ਲੋਕ ਹੀ ਉੱਠ ਕੇ ਆਗੇ ਕੰਮ ਲੜੇ ਲੋਕਾਂ ਤੋਂ ਗਲਤੀ ਇਹ ਹੋਈ ਦੇ ਬਲੀਵਡ ਬਟ ਦੇ ਲਿਸਨ ਵੀ ਆਈ ਹੋ ਇਹ ਕੀ ਪਤਾ ਸੀ ਉਹ ਤਾਂ ਗੱਲਾਂ ਹੀ ਸੀ ਕਰਨ ਵਾਲੀਆਂ ਜਦੋਂ ਲੋਕ ਦੇਖੇ ਡਰ ਗਏ ਇਹ ਤਾਂ ਕੰਮ ਖਰਾਬ ਹੋ ਜੂ ਕੁਛ ਨਹੀਂ ਸੀ ਹੋਣਾ ਮੇਰੇ ਮੁਤਾਬਕ ਜਿੱਥੇ ਗਲਤੀ ਗਲਤੀ ਹੋਈ ਹੈ ਡਰ ਗਏ ਡਰ ਤਾਂ ਗਏ ਇੱਕ ਤਾਂ ਜਿਹੜਾ ਲੈਫਟ ਹੈ ਨਾ ਉਨਵਾਹ ਲਾ ਸਾਡੀ ਗ੍ਰਿਪ ਨਾ ਟੁੱਟ ਜੇ ਕਿਤੇ ਸਾਡੇ ਹੱਥੋਂ ਨਾ ਨਿਕਲ ਜੇ ਕੋਈ ਜਿਵੇਂ ਲੀਡਰਸ਼ਿਪ ਨੂੰ ਹੋਣਾ ਸੋ ਪਰਸਨਲ ਤੇ ਪ੍ਰਾਈਵੇਟ ਜਿਵੇਂ ਪ੍ਰਾਪਰਟੀ ਨਹੀਂ ਹੁੰਦੀ ਹਰ ਇੱਕ ਹੀ ਫਿਕਰ ਆ ਤੁਸੀਂ ਮੂਵਮੈਂਟਾਂ ਚ ਬੰਦੇ ਰਿਪਲੇਸ ਹੋ ਜਾਂਦੇ ਆ ਜੇ ਤੁਹਾਨੂੰ ਲੋਕਾਂ ਦੇ ਹਿਤ ਪਿਆਰੇ ਹੈ ਫਿਰ ਕੀ ਹੈ ਹੁਣ ਉਹ ਅਵਾਰਤਾ ਐਡਾ ਵੱਡਾ ਹੈ ਇਹ ਤੋਂ ਥੋੜੇ ਵੀ ਓਪਨ ਅਪਰੋਚ ਨੂੰ ਤਿਆਰ ਹੀ ਨਹੀਂ ਤਲਦੇ ਤੋਂ ਲੋਕ ਉੱਥੇ ਪਹੁੰਚ ਵੀ ਗਏ ਵੀ ਤੁਸੀਂ ਉਹ ਗਵਰਨਮੈਂਟ ਨਾਲ ਆਏ ਗੱਲਾਂ ਕਰਕੇ ਹੁੰਦਾ ਹੁੰਦਾ ਵੀ ਹਾਂ ਦੱਸੋ ਕਿੰਨੇ ਆਈਏ ਅਸੀਂ ਫਿਰ ਉਹ ਤੁਹਾਡੇ ਆਧਾਰ ਕਾਰਡ ਵੀ ਦੇਖਣਗੇ ਟਰੈਕਟਰਾਂ ਦੀ ਗਿਣਤੀ ਦੱਸ ਰਹੇ ਹਾਂ ਫਿਰ ਰੂਟ ਜਿਹੜਾ ਮੰਨੇ ਇਹ ਨਹੀਂ ਸੀ ਜੇ ਉਹਦੇ ਵਿੱਚ ਹੁੰਦਾ ਲੱਖਾ ਸੁਧਾਨਾ ਤੇ ਦੀਪ ਸਿੱਧੂ ਇਹ ਗਲਤ ਫੈਸਲਾ ਨਹੀਂ ਹੋਣਾ ਸੀ ਤੇ ਮੈਂ ਤਾਂ ਹੈਰਾਨ ਆ 32 ਦੇ 32 ਬੰਦੇ ਯਾਰ ਵੀ ਕੀ ਕਰ ਰਹੇ ਆ ਅਸੀਂ ਥੱਲੇ ਵਾਰ ਕਿੱਡਾ ਫਿਰ ਬੁਝਦਿਲ ਕਿੰਨੇ ਵੀ ਉੱਥੇ ਸਟੇਜ ਤੇ ਆਉਣ ਤੋਂ ਡਰ ਰਹੇ ਨੇ ਲੋਕਾਂ ਨੂੰ ਤਾਂ ਫਿਰ ਜਵਾਬਤਾ ਦੇਓ ਕੁਝ ਉਹਨਾਂ ਨੂੰ ਪੈਸੀਫਾਈ ਕਰੋ ਸੈਟੀਸਫਾਈ ਕਰੋ ਐ ਤਰ ਨਹੀਂ ਲੀਡਰ ਡਰਦਾ ਹੁੰਦਾ ਚਲੋ ਤਾਂ ਕਹਿੰਦਾ ਉਹ ਸੋਚੀ ਸਮਝੀ ਸਾਜ਼ਿਸ਼ ਸੀ ਲੀਡਰਸ਼ਿਪ ਦੇ ਜੋ 25 ਦਿਨ ਨੂੰ ਜੋ ਕਰਵਾਇਆ ਗਿਆ ਉਹ ਪੂਰਾ ਦੇਖੋ ਇਹ ਕਮਜ਼ੋਰ ਇਹ ਸਾਡੇ ਗਲਾਫ ਸੋਚੀ ਸਮਝੀ ਸਾਜ਼ਿਸ਼ ਰਚੀ ਗਈ ਇਹ ਕਮਜ਼ੋਰ ਬੰਦੇ ਦਾ ਸਭ ਤੋਂ ਸੌਖਾ ਬਹਾਨਾ ਬੇਸਤੱਕ ਕਿਤੇ ਗਲਤ ਹੈ ਹੀ ਨਹੀਂ ਸੀ ਹਰ ਚੀਜ਼ ਨੂੰ ਸਾਜ਼ਿਸ਼ ਅੱਜ ਜਿਹੜਾ ਹੁਣ ਮਾਹੌਲ ਹੈ ਨਾ ਮੈਨੂੰ ਤਾਂ ਹੈਰਾਨ ਆ ਵੀ ਕੋਈ ਵੀ ਬਹਿਸ ਕੋਈ ਡਿਸਕੋਰਸ ਇਹਦੇ ਬਿਨਾ ਹੁੰਦਾ ਹੀ ਨਹੀਂ ਆਹ ਉਹਦੀ ਸਾਜ਼ਿਸ਼ ਹੈ ਇਹ ਡਰੇ ਹੋਏ ਬੰਦਿਆਂ ਦੀਆਂ ਗੱਲਾਂ ਇੱਕ ਤਾਂ ਡਰ ਹੈ ਇੱਕ ਦੇ ਵਿੱਚ ਇੰਟੈਲੈਕਚੁਅਲ ਪਾਵਰਟੀ ਹੈ ਜਿਹੜੀ ਕਪੈਸਿਟੀ ਟੂ ਐਨਲਾਈਜ਼ ਚੀਜ਼ਾਂ ਨੂੰ ਦੇਖਣ ਦੀ ਉਹਦੇ ਜ਼ਰੂਰਤ ਚਾਹੀਦੀ ਹੈ ਮੋਜੇ ਤੋਂ ਉਹਨੇ ਕਿਹਾ ਸੀ ਡੇਅਰ ਟੂ ਐਕਟ ਡੇਅਰ ਟੂ ਥਿੰਕ। ਇਹ ਡੇਅਰ ਟੂ ਥਿੰਕ ਕਾ ਨਾ ਇਹ ਬੜਾ ਸਿਗਨੀਫੀਕੈਂਟ ਗੱਲ ਹੈ। ਬੰਦਾ ਸੋਚ ਨਹੀਂ ਸੋਚਣ ਤੋਂ ਡਰ ਜਾਂਦਾ ਹੈ। ਉਹਨਾਂ ਉਹਦੇ ਵਿੱਚੋਂ ਬਾਹਰ ਨਿਕਲ ਕੇ। ਸੋ ਕੁਛ ਨਹੀਂ ਸੀ ਹੋਣਾ ਇਹਨਾਂ ਨੇ ਮਤਲਬ ਸਰਕਾਰ ਨੂੰ ਕਹਿ ਰਹੇ ਨੇ ਵੀ ਹੁਣ ਡਿੱਡੀ ਵੱਡੀ ਮੋਬਿਲਾਇਜੇਸ਼ਨ ਹੋਊਗੀ। ਹੁਣ ਤਾਂ ਅਸੀਂ ਵੀ ਜੋ ਰੋਕਣ ਦੀ ਕੋਸ਼ਿਸ਼ ਕਰਾਂਗੇ ਅਸੀਂ ਡਰ ਡੇ ਜਾਵਾਂਗੇ। ਇਹ ਤਾਂ ਹੁਣ ਹਰਚ ਹੋਊ। ਐਨੀ ਅਸੀਂ ਗਾਰੰਟੀ ਲੈ ਲੈਣੇ ਕੋਈ ਹੁੱਲੜਵਾਜੀ ਨਹੀਂ ਉਹ ਕੋਈ ਹਿੱਸਾ ਨਹੀਂ ਮੂਰੇ ਅਸੀਂ ਹੋ ਮੰਗ ਕੇ ਉਹ ਗ੍ਰਿਫਤਾਰ ਕਰ ਲੈਂਦੇ ਪਹਿਲੀ ਗੱਲ ਤਾਂ ਜਰ ਮਹਾਰਾਣ ਅਲੀਡਰਸ਼ਿਪ ਗ੍ਰਿਫਤਾਰੀਆਂ ਤੋਂ ਬਹੁਤ ਡਰੀ ਅਕਾਲੀ ਤਾਂ ਕੁੱਦ ਕੇ ਜਾਂਦੇ ਸੀ ਸਭ ਤੋਂ ਪਹਿਲਾ ਸਟੈਪ ਹੀ ਇਹ ਹੁੰਦਾ ਸੀ ਜਥੇ ਭੇਜੋ ਜੀ 100 100 ਦੇ ਵੱਡਾ ਲੀਡਰ ਆ ਪਗਵਾਈ ਕਰਦਾ ਸੀ ਉਹ ਜਥੇ ਦੀ ਵੀ ਚੱਲੋ ਜੇਲ੍ਹਾਂ ਚ ਇੱਡੀ ਵੱਡੀ ਲਹਿਰ ਹੋ ਗਈ ਤਾਂ ਮੇਜਰ ਸਿੰਘ ਹੁਣ ਸਟਾਫ ਰਿਪੋਰਟਰ ਸੀ ਜੀਤ ਦਾ ਯਾਰ ਮਰ ਗਿਆ ਉਹ ਮੈਂ ਮੈਂ ਮੇਰੀ ਉਹਦਣਾ ਬਹੁਤ ਮੈਂ ਲਗਾਤਾਰ ਇਨ ਟੈਕਟ ਉਹਦੇ ਨਾਲ ਕੰਟੈਕਟ 'ਚ ਰਹਾ ਉਹਨੇ ਇੰਨਾ ਜ਼ੋਰ ਲਾਇਆ ਨਾ ਉਦੋਂ ਜਦੋਂ ਇੱਡੀ ਮੋਬਿਲਾਇਜ਼ੇਸ਼ਨ ਸਿਖਰ ਸੀ ਵੀ ਹੁਣ ਤੁਸੀਂ ਜ਼ਿਲ੍ਹਾ ਭਰਨ ਦਾ ਰੱਖੋ ਅਕਾਲੀਆਂ ਤੂੰ ਸਿੱਖੋ ਟੈਕਟਿਕਸ ਜਿਹੜਾ ਧਰਮ ਜੋ ਤੋਂ ਮੋਰਤ ਹੈ ਨਾ ਇਸ ਫੋਕਸ ਸਟੱਡੀ ਕਰਨ ਵਾਲਾ ਉਹਨਾਂ ਨੇ ਕਿਤੇ ਵੀ ਉਹਦੇ ਵਿੱਚ ਉਹ ਨਹੀਂ ਹੋਂਦ ਦਿੱਤੀ ਇੱਕ ਐਕਸ਼ਨ ਕੱਢਿਆ ਉਹਦੋਂ ਅਗਲਾ ਕੱਢਿਆ ਉਹਦੋਂ ਤੀਜਾ ਕੱਢਿਆ ਚੌਥਾ ਕੱਢਿਆ ਕਿ ਤੇ ਉਹ ਚਿੱਟਾ ਪੈਣ ਹੀ ਨਹੀਂ ਦਿੱਤੀ ਇਹਨੋਂ ਤੱਕ ਅਗਲਾ ਹੁਣ ਕੀ ਸਾਰੀ ਬਿਆਨਬਾਜ਼ੀ ਕੀ ਹੁੰਦੀ ਹੈ ਉਹੀ ਉਹੀ ਕਿ ਐਮਪੀ ਰੋਕ ਲਓ ਔਰ ਰੋਕ ਲਓ ਉਥੇ ਧਰਨੇ ਦੇ ਲੋ ਡੀਸੀ ਦੇ ਇਹ ਬੈਂਕਰਪਸੀ ਮੈਂ ਉਦੋਂ ਵੀ ਕਿਹਾ ਸੀ ਇਹਨਾਂ ਦੇ ਜਿਹੜੇ ਤਜਰਬੇ ਨੇ ਨਾ ਉਹ ਹੈਗੇ ਤੁਸੀਂ ਸੋਚਣਾ ਹੀ ਹੋਈ ਯਾਰ ਇਹ 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 ਮੇਣਾ ਦੇਣਾ ਵੀ ਹੁਣ ਤੁਸੀਂ ਆਜੋ ਛੱਡਣ ਤਿਆਰ ਸੀਗਾ ਕੋਈ ਇਹ ਤਾਂ ਸਿਰਫ ਆਰਗੂਮੈਂਟ ਆਫ ਦਿ ਡਿਫੈਂਸ ਵਾਸਤੇ ਕੁਈ ਐ ਕਰਦਾ ਹੁੰਦਾ ਲੀ ਕਿ ਉਹ ਕਹਿੰਦੇ ਸਾਡੇ ਵਾਲਾ ਛੱਡੋ ਤੁਸੀਂ ਅਲੱਗ ਕਰ ਲਓ ਇਹ ਕੀ ਗੱਲ ਉਹ ਵੀ ਜਿਨ੍ਹਾਂ ਨੂੰ ਦਿੱਲੀ ਜਾਣਾ ਲੱਗਦਾ ਦਿੱਲੀ ਅਸੀਂ ਜਾਣਾ ਅਲੱਗ ਚਲੇ ਜਾਣੇ ਕਿਹਾ ਗਿਆ ਉਹ ਤਾਂ ਦਿੱਲੀ ਗਏ ਸੀ ਅਲੱਗ ਇਹ ਨਹੀਂ ਗਏ ਉਹ ਚਲੇ ਗਏ ਕੋਈ ਰਿਸਪੌਂਸੀਬਲ ਲੀਡਰ ਐ ਬੋਲਦਾ ਹੁੰਦਾ ਜਿਵੇਂ ਉਹਦੇ ਰਾਜੇਵਾਲ ਬੋਲਿਆ ਯਾਰ ਮੈਂ ਅਜੇ ਤੱਕ ਹੈਰਾਨ ਆ ਵੀ ਨਾ ਨਾਲਦਿਆਂ ਦੀ ਕੋਈ ਜ਼ਮੀਰ ਨੂੰ ਵੀ ਦਸੇ ਪੰਹੇਰ ਤੇ ਪੰਨੂ ਉਹਨਾਂ ਨੂੰ ਕਿੰਨੇ ਕਰੋੜ ਮਿਲੇ ਲੈ ਇਹ ਦੂਰੇ ਮਤਲਬ ਗਦਾਰੀ ਹੈ ਸਰਕਾਰ ਦੀ ਸਾਜ਼ਿਸ਼ ਹੈ ਅਜੇ ਵੀ ਕਹੀ ਜਾਣੀ ਹੈ ਇਹ ਜਿਹੜਾ ਸਾਜ਼ਿਸ਼ ਦਾ ਕੱਬ ਚ ਪਹਿਨ ਉਹਨਾਂ ਨਾ ਇਹ ਹਰ ਕਮਜ਼ੋਰ ਬੰਦਾ ਪਹਿਨਦਾ ਸਿੱਖਾਂ ਚ ਵੀ ਇਹ ਮਰ ਜਾਗੀ ਹਰ ਚੀ ਚਾਰ ਐਸਐਸ ਦੀ ਸਾਜ਼ਿਸ਼ ਕੀ ਮਤਲਬ ਵੈਸੇ ਮੈਂ ਤੁਹਾਡੇ ਤੋਂ ਪੁੱਛਦਾ ਇਨ ਲਹਿਣਾ ਚ ਰਹੇ ਹੋ ਕੀ ਏਜੰਸੀਆਂ ਬਹੁਤ ਸਾਰਾ ਕੁਝ ਪਲੇ ਕਰ ਰਹੀਆਂ ਨੇ ਜਾਂ ਨਹੀਂ ਕਰਦੀਆਂ ਸਮਝ ਨਹੀਂ ਉਹਨਾਂ ਨੂੰ ਵੀ ਉਹ ਕਿਵੇਂ ਕਰਦੇ ਆ ਜਿੱਥੇ ਉਹ ਕਰ ਰਹੀਆਂ ਪਤਾ ਨਹੀਂ ਲੱਗਦਾ ਜਿੱਥੇ ਨਹੀਂ ਕਰ ਰਹੀਆਂ ਉੰਜੀ ਮਤਲਬ ਹੋਊਗਾ ਇਹ ਘਊਆ ਬਣਾ ਕੇ ਰੱਖੋ ਤਾਂ ਗੰਦੇ ਸਿੰਘੂ ਬਲ ਤੁਸੀਂ ਨਾ ਬਿਆਨ ਰਾਜੇਵਾਲ ਦਾ ਹੜ ਘਟਨਾ ਤੋਂ ਪਹਿਲਾਂ ਜਦੋਂ ਮੁੜ ਕੇ ਇਹਨਾਂ ਨੇ ਦਿੱਲੀ ਜਾਣ ਵਾਲਾ ਕੀਤਾ ਸੀਗਾ ਵੀ ਚੌਕਸ ਰਹੇ ਹੋ 26 ਨੂੰ ਜੋ ਹੋਇਆ ਸੀ ਉਹ ਮੈਂ ਫਿਰ ਸ਼ਰਾਰਤੀ ਅਨਸਰ ਇੱਕ ਜਿਹੜਾ ਸ਼ਰਾਰਤੀ ਅਨਸਰ ਵੀ ਤੁਹਾਡੇ ਨਾਲ ਵੱਖਰਾ ਵਿਚਾਰ ਹੈ ਜੇ ਅਖਬਾਰ ਦਾ ਸੰਪਾਦਕ ਵੀ ਸ਼ਰਾਰਤੀ ਅਨਸਰ ਕਹਿਣ ਤੇ ਆ ਗਿਆ ਉਹ ਸੈਕਸ਼ਨ ਨੂੰ ਇਹ ਤਾਂ ਫਿਰ ਬਹੁਤ ਹੀ ਜਦਾ ਪੱਦਰ ਕੀ ਰਹਿ ਗਿਆ ਧੰਨਵਾਦ ਤੁਹਾਡਾ ਜਮੀਰ ਜੀ ਸਾਡੇ ਨਾਲ ਗੱਲਬਾਤ ਕਰਨ ਦੀ ਚਲੋ ਧੰਨਵਾਦ ਵੈਗ੍ਰਿਤ ਜੀ ਕਾਕਾ ਸਾਹਿਬ ਵੈਗ੍ਰਿਤ ਜੀ ਇਹਨਾਂ ਸਰਦਾਰ ਜਮੀਰ ਸਿੰਘ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਬੜੀਆਂ ਖੁੱਲ ਕੇ ਗੱਲਾਂ ਬਾਤਾਂ ਹੋਈਆਂ ਔਰ ਉਹ ਜਵਾਬ ਜਿਹੜੇ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਸੀ ਸਵਾਲ ਸੀ ਅਸੀਂ ਸਾਰੇ ਸਵਾਲ ਪੁੱਛੇ ਅੱਗੇ ਵੀ ਆਡਲੌਕ ਪ੍ਰੋਗਰਾਮ 'ਚ ਗੱਲਬਾਤ ਜਾਰੀ ਰਹੇਗੀ